ਅਸੀਂ ਵੈਸੇ ਰੋਜ਼ਾਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਨਮੁਖ ਖਲੋ ਕੇ ਸੁਬਹਾ ਔਰ ਸ਼ਾਮ ਜੋ ਅਰਦਾਸ ਕਰਨੇ ਹਾਂ ਉਸ ਵਿੱਚ ਇਹ ਬੇਨਤੀ ਕੀਤੀ ਜਾਂਦੀ ਹੈ ਸਾਰੀ ਅਰਦਾਸ ਕਰਕੇ ਅਤੇ ਉਸ ਨੂੰ ਸਾਰੀ ਸੰਗਤ ਸੰਗਤੀ ਰੂਪ ਦੇ ਵਿੱਚ ਉਚਾਰਨ ਕਰਦੀ ਬੋਲਦੀ ਹੈ। ਅਰਦਾਸ ਦੀ ਆਰੰਭਤਾ ਵਿੱਚ ਵੀ ਸੰਗਤੀ ਰੂਪ ਵਿੱਚ ਆਪਾਂ ਸਾਰੇ ਬੋਲਣੇ, ਭਾਵੇਂ ਤੂੰ ਠਾਕੁਰ ਤੁਮ ਪਹਿ ਅਰਦਾਸ ਪੜ੍ਹੀਏ, ਭਾਵੇਂ ਅਸੀਂ ਇਹ ਬਚਨ ਪੜ੍ਹੀਏ ਤੁਧ ਆਗੈ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ, ਪਰ ਪੜ੍ਹਦੇ ਆਪਾਂ ਸੰਗਤੀ ਰੂਪ ਵਿੱਚ ਹਾਂ। ਅਤੇ ਦੂਸਰਾ, ਜਦੋਂ ਅਰਦਾਸ ਦੀ ਸੰਪੂਰਨਤਾ ਹੋਣ ਲੱਗਦੀ ਹੈ, ਸਾਰੀ ਮੰਗ ਜਿਹੜੀ ਮੰਗ ਲਈ ਜਾਂਦੀ ਹੈ, ਉਸ ਤੋਂ ਬਾਅਦ ਅਸੀਂ ਜਿਹੜਾ ਦੋਹਰਾ ਪੜ੍ਹਨੇ ਹਾਂ ਉਹ ਵੀ ਸਾਰੇ ਸੰਗਤੀ ਰੂਪ ਵਿੱਚ ਪੜ੍ਹਨੇ ਹਾਂ। ਉਹ ਦੋਹਰਾ ਇੱਕ ਤਾਂ ਗਿਆਨੀ ਗਿਆਨ ਸਿੰਘ ਦਾ ਉਚਾਰਨ ਕੀਤਾ ਹੋਇਆ ਲਿਖਿਆ ਹੋਇਆ ਹੈ, ਦੂਸਰਾ ਇੱਕ ਰਹਿਤਨਾਮੇ ਦੇ ਵਿੱਚ ਦਰਜ ਹੈ, ਤੀਸਰਾ ਦਾਸ ਹਜ਼ੂਰ ਸਾਹਿਬ ਦੀਵਾਲੀ ਨੂੰ ਕਥਾ ਕਰਨ ਗਿਆ ਸੀ ਇੱਕ ਵਾਰ, ਅਤੇ ਉਸ ਜਗ੍ਹਾ 'ਤੇ ਉਹਨਾਂ ਨੇ ਹੱਥ ਲਿਖਤ ਪੋਥੀ ਦੇ ਦਰਸ਼ਨ ਕਰਾਏ, ਕਾਪੀ ਦਿੱਤੀ ਸੀ। ਭਾਵਾਂ ਕਿ ਉਸ ਦੀ ਜਿਹੜੀ ਲਿਖਾਈ ਸੀ ਉਹ ਜ਼ਿਆਦਾ ਪੁਰਾਤਨ ਨਹੀਂ ਸੀ, ਪਰ ਉੱਥੇ ਲਿਖਿਆ ਸੀ ਸ੍ਰੀ ਮੁੱਖ ਵਾਕ ਆਗਿਆ ਭਈ ਅਕਾਲ ਕੀ ਤਬੈ ਚਲਾਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੀਓ ਗ੍ਰੰਥ। ਗਿਆਨੀ ਗਿਆਨ ਸਿੰਘ ਹੋਣਾ ਨੇ ਵੀ ਇਹ ਲਿਖਿਆ ਕਿ ਗੁਰੂ ਮਾਨੀਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨੀਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਬੋਚੈ ਖੋਜ ਸ਼ਬਦ ਮੈਂ ਲੇਹ। ਫਿਰ ਇਸ ਬੇਨਤੀ ਨੂੰ ਥੋੜ੍ਹਾ ਸੁਣਿਓ, ਇਹ ਸ਼ਬਦ ਉਹਦੇ ਇੱਕ ਹੋਰ ਲਿਖਿਆ, ਉਹਦੇ ਵਿੱਚ ਇਹ ਵੀ ਲਿਖਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ 10 ਗੁਰੂ ਸਾਹਿਬਾਨਾਂ ਦੀ ਜੋਤ ਬਿਰਾਜਮਾਨ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਬੇ ਜਹਾਜ਼ ਉਧਾਰ, ਜੋ ਸ਼ਰਧਾ ਧਰ ਸੇਵਕ ਹੈ ਸੋ ਭਾਵ ਉਤਰੈ ਪਾਰ, ਸਭ ਗੁਰੂ ਪ੍ਰਗਟ ਪੈ ਪੂਰਨ ਹਰ ਅਵਤਾਰ। ਇਸ ਤੁਕ ਨੂੰ ਧਿਆਨ ਨਾਲ ਸੁਣਿਓ, ਜਿੱਥੇ ਕਹਿੰਦਾ ਪ੍ਰਗਟ ਗੁਰਾਂ ਕੀ ਦੇ, ਉੱਥੇ ਉਸ ਦੋਹਰੇ ਵਿੱਚ ਦੋ ਸੂਤੁਕਾਂ ਨੇ, ਸਭ ਗੁਰੂ ਪ੍ਰਗਟ ਪੈ ਪੂਰਨ ਹਰ ਅਵਤਾਰ, ਜਗਮਗ ਜੋਤ ਬਿਰਾਜਰੀ ਸ਼੍ਰੀ ਗੁਰੂ ਗ੍ਰੰਥ ਮਜਾਰ। ਉੱਥੇ ਸ਼ਬਦ ਕਹਿ ਕੇ ਜਿੱਥੇ ਪ੍ਰਗਟ ਗੁਰਾਂ ਕੀ ਦੇਖ ਹੈ ਉੱਥੇ ਜਗਮਗ ਜੋਤ ਬਿਰਾਜਰੀ, ਇਹ ਇਸ ਵਿੱਚ ਇਹ ਜੋਤ ਵੀ ਹੈ। ਖੈਰ ਉਂਝ ਵੈਸੇ ਜਦੋਂ ਗੁਰੂ ਗ੍ਰੰਥ ਲਫ਼ਜ਼ ਕਹਿੰਦੇ ਹਾਂ ਨਾ, ਯਾਦ ਰੱਖਿਓ ਇਹਦੇ ਵਿੱਚ ਜੋਤ ਅਤੇ ਦੇਹ ਦੋਨਾਂ ਦਾ ਜ਼ਿਕਰ ਹੋ ਜਾਂਦਾ ਹੈ। ਭਾਵਾਂ ਕਿ ਅੰਮ੍ਰਿਤ ਸੰਚਾਰ ਵੇਲੇ ਕੱਲ੍ਹ ਵੀ ਦਾਸ ਬੇਨਤੀ ਕੀਤੀ ਕਿ ਜੋਤ ਗੁਰੂ ਗ੍ਰੰਥ ਸਾਹਿਬ 'ਚ ਜੁਗਤ ਪੰਥ ਨੂੰ ਦਿੱਤੀ, ਪਰ ਜੁਗਤ ਜੋਤ ਤੋਂ ਵੱਖ ਕਰਕੇ ਵਿਆਖਿਆ ਨਹੀਂ ਹੋਵੇਗੀ। ਫਿਰ ਅਰਜ ਹੈ, ਜੁਗਤ ਦਾ ਅਰਥ ਹੁੰਦਾ ਹੈ ਜ਼ਿੰਦਗੀ ਜੀਣ ਦਾ ਤਰੀਕਾ। ਜੋਤ ਦੇ ਵਿੱਚ ਜਦੋਂ ਅਸੀਂ ਸ਼ਬਦ ਪੜ੍ਹਦੇ ਹਾਂ ਗੁਰੂ ਗ੍ਰੰਥ ਸਾਹਿਬ, ਸੱਚ ਇਹ ਵੇ ਗ੍ਰੰਥ ਬਾਹਰਮੁਖੀ ਸਤਿਗੁਰਾਂ ਦਾ ਇਹ ਢਾਂਚਾ, ਲਫ਼ਜ਼ ਵੀ ਹੋਰ ਤਰ੍ਹਾਂ ਦਾ ਲੱਗਦਾ ਹੈ, ਬਾਹਰ ਦਾ ਜਿਹੜਾ ਸਰੂਪ ਹੈ ਉਹਨੂੰ ਆਪਾਂ ਗ੍ਰੰਥ ਕਹਿੰਦੇ ਹਾਂ। ਅਤੇ ਗੁਰੂ ਸ਼ਬਦ ਦੀ ਜਦੋਂ ਵਿਆਖਿਆ ਕਰਾਂਗੇ ਦਾ ਅਰਥ ਜੋ ਗ੍ਰੰਥ ਦੇ ਵਿੱਚ ਰੱਬੀ ਗਿਆਨ ਪਿਆ ਹੋਇਆ ਹੈ। ਅਰਜ਼ ਗਏ, ਇਹ ਤਾਂ ਕਿਉਂ ਅਰਜ਼ ਕਰਨ ਲੱਗਾ, ਕਿਉਂਕਿ ਆਪਾਂ ਕੀਰਤਨ ਸੁਣਨੇ ਹਾਂ, ਪਾਠ ਵੀ ਕਰਨੇ ਹਾਂ,
ਜਿੱਥੋਂ ਤੱਕ ਵਾਹ ਲੱਗੇ ਜਗਿਆਸੂ ਇਹ ਵੀ ਇੱਛਾ ਕਈ ਰੱਖਦੇ ਆ ਵੀ ਸਾਨੂੰ ਅਰਥਾਂ ਦਾ ਪਤਾ ਵੀ ਲੱਗੇ। ਅਰਜ਼ ਕਹਿ ਸਾਧ ਸੰਗਤ ਜੀ, ਜਿਵੇਂ ਬੋਲ ਰਹੇ ਸਨ ਗੁਰਮੁਖ ਪਿਆਰੇ, ਜਿਹੜਾ ਕਮਾਏਗਾ ਆਪਣੀ ਜ਼ਿੰਦਗੀ ਨੂੰ ਗੁਰਬਾਣੀ ਅਨੁਸਾਰ ਢਾਲ ਲਏਗਾ। ਹਾਂ, ਮੈਨੂੰ ਉਸ ਗੱਲ ਕਰਕੇ ਯਾਦ ਆ ਗਿਆ, ਬਾਣੀ 'ਚ ਇੱਕ ਬਚਨ ਹੁੰਦਾ, ਭਗਤ ਭੰਡਾਰ ਗੁਰਬਾਣੀ ਲਾਲ। ਭਗਤ ਦਾ ਅਰਥ ਹੈ ਭਗਤੀ, ਭੰਡਾਰ ਦਾ ਅਰਥ ਹੈ ਖਜ਼ਾਨਾ, ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿ ਪਿਆਰਿਓ, ਇਹ ਫੋਕੀ ਫਿਲੋਸਫੀ ਨਹੀਂ, ਇਹ ਸੱਚੀ ਮੁੱਚੀ ਦਿਮਾਗ ਖਪਾਈ ਵਾਲਾ ਖੁਸ਼ ਗਿਆਨ ਨਹੀਂ। ਹਜ਼ੂਰ ਕਹਿ ਰਹੇ ਨੇ ਇਹ ਭਗਤੀ ਦਾ ਖਜ਼ਾਨਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਭਗਤ ਭੰਡਾਰ ਗੁਰਬਾਣੀ ਲਾਲ। ਫਿਰ ਬੇਨਤੀ, ਉੱਥੇ ਭਗਤ ਦੇ ਤੱਤੇ ਨੂੰ ਸਿਹਾਰੀ ਲੱਗੀ ਹੈ ਭਗਤੀ, ਭਗਤੀ ਦਾ ਖਜ਼ਾਨਾ ਹੈ ਗੁਰਬਾਣੀ ਕੀਮਤੀ ਲਾਲ ਹੈ, ਪਰ ਇਹਦੀ ਵਰਤੋਂ ਉਹ ਕਰੇਗਾ ਜਿਹੜਾ ਅਗਲੀ ਤੁਕ ਨੂੰ ਕਮਾਏਗਾ। ਭਗਤ ਭੰਡਾਰ ਗੁਰਬਾਣੀ ਲਾਲ ਗਾਵਤ ਸੁਨਤ ਕਮਾਵਤ ਨਿਖਾ, ਤਿੰਨ ਸ਼ਬਦ ਨੇ। ਜਿਹੜਾ ਬੰਦਾ ਗੁਰਬਾਣੀ ਨੂੰ ਗਾਏਗਾ, ਦੂਸਰਾ ਜਿਹੜਾ ਗਾ ਨਹੀਂ ਸਕੇ ਉਹ ਗਾਉਂਦੇ ਹੋਏ ਕੋਲ ਬੈਠ ਕੇ ਬਾਣੀ ਨੂੰ ਸੁਣੇ, ਫਿਰ ਗਾਉਣ ਅਤੇ ਸੁਣ ਵਾਲਾ ਦੋਨੇ ਜਦੋਂ ਕਮਾਵਤ ਦਰ ਅਤੇ ਕਮਾਣ ਲੱਗ ਪੈਣ, ਅਮਲੀ ਜਾਮਾ ਜਿਹਨੂੰ ਕਹਿੰਦੇ ਹਾਂ, ਪ੍ਰੈਕਟੀਕਲ ਕਹਿੰਦੇ ਹਾਂ, ਭਗਤ ਭੰਡਾਰ ਗੁਰਬਾਣੀ ਲਾਲ ਗਾਵਤ ਸੁਨਤ ਕਮਾਵਤ ਨਿਖਾਲ। ਕੱਲ੍ਹ ਦਾਸ ਨੇ ਨਿਖਾਲ ਦੇ ਅਰਥ ਕੀਤੇ ਸਨ, ਜਿਹੜੇ ਸਿੰਘ ਗਏ ਉਹਨਾਂ ਨੂੰ ਉੱਥੇ ਪਤਾ। ਮੈਂ ਥੋੜ੍ਹਾ ਜਿਹਾ ਰਿਪੀਟ ਕਰ ਦੁਹਰਾ ਦੇਣਾ ਕਿ ਗੁਰਪੂਰਾ ਜਿਨ ਸਿਮਰਿਆ ਸਹੀ ਭੈ ਨਿਖਾਲ, ਉੱਥੇ ਡੀਟੇਲ ਨਾਲ ਅਰਜ਼ ਕੀਤੀ ਸੀ। ਉਂਝ ਜਿਹੜਾ ਨਿਖਾਲ ਲਫਜ਼ ਹੈ, ਮੈਂ ਅੱਜ ਦੌਰਾਨ ਲੱਗਾ, ਇਹ ਫਾਰਸੀ ਦਾ ਸ਼ਬਦ ਹੈ। ਨਿਹਾਲ ਦੇ ਅਰਥ ਨੇ ਕਿ ਨਿਹਾਲਤਾ ਤਾਂ ਨਦਰ ਤੋਂ ਬਿਨਾਂ ਨਹੀਂ ਨਸੀਬ ਹੁੰਦੀ, ਕਿਉਂਕਿ ਨਾਨਕ ਨਦਰੀ ਨਦਰ ਨਿਹਾਲ ਹੈ, ਉਹਦੀ ਨਜ਼ਰ ਵਿੱਚੋਂ ਰਹਿਮਤ ਵਿੱਚੋਂ। ਕੱਲ੍ਹ ਅਰਜ਼ ਕੀਤੇ ਸਨ, ਉਂਝ ਵੈਸੇ ਕੋਸ਼ ਵਿੱਚ ਪ੍ਰਸੰਨ ਚਿੱਤ ਨਿਹਾਲ ਦਾ ਅਰਥ ਹੈ ਖੁਸ਼ੀ, ਪਰ ਮਨ ਕਹਿੰਦਾ ਵੀ ਮਨ ਕਰਕੇ ਸਰੀਰਕ ਇੰਦਰੀਆਂ ਕਰਕੇ ਜਿਹੜਾ ਬੰਦਾ ਸੱਚੀ ਮੁੱਚੀ ਤ੍ਰਿਪਤ ਹੋ ਕੇ ਰੂਹਾਨੀਅਤ 'ਚ ਭਿੱਜ ਗਿਆ ਹੈ, ਜਿਹਨੂੰ ਆਤਮ ਰਸ ਦੀ ਦਾਤ ਪ੍ਰਾਪਤ ਹੋਗੀ, ਨਿਹਾਲ ਉਹੀ ਹੁੰਦਾ ਹੈ। ਇਹ ਨਿਹਾਲ ਸ਼ਬਦ ਜਿਹੜਾ ਵਰਤਿਆ, ਭਗਤ ਭੰਡਾਰ ਗੁਰਬਾਣੀ ਲਾਲ ਗਾਵਤ ਸੁਨਤ ਕਮਾਵਤ ਨਿਹਾਲ। ਅੱਜ ਜਿਹੜਾ ਸਲੋਕ ਅਸੀਂ ਪੜ੍ਹਿਆ ਹੈ ਸੁਣਿਆ ਹੈ, ਇਹਦੇ ਪਹਿਲਾਂ ਮੈਂ ਇੱਕ ਇੱਕ ਸਲੋਕ ਦੇ ਅੱਖਰੀ ਅਰਥ ਕਰਾਂਗਾ, ਅਤੇ ਇੱਕ ਤੁਹਾਨੂੰ ਬੇਨਤੀ, ਪਲੀਜ਼ ਮੈਂ ਘੰਟਾ ਕੁ ਸਿਰਫ ਲਾਉਣਾ, ਇਕਾਗਰਤਾ ਬਖਸ਼ਿਓ, ਕਿਉਂਕਿ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਆਪ ਇਕਾਗਰਤਾ ਬਖਸ਼ੋਗੇ ਆਪਾਂ ਜ਼ਰੂਰ ਘੰਟਾ ਲਾਵਾਂਗੇ, ਅਤੇ ਜੇ ਉਕਤਾਓਗੇ ਆਪਾਂ ਉਸ ਘੰਟੇ ਨੂੰ 15-20 ਮਿੰਟ ਵਿੱਚ ਵੀ ਸੰਕੋਚ ਸਕਦੇ ਹਾਂ ਜੀ, ਕਿਰਪਾ ਕਰੋ। ਹੁਣ ਭਾਈ ਸਾਹਿਬ ਜੀ ਨੇ ਜੋ ਸ਼ਬਦ ਪੜ੍ਹਿਆ, ਦਾਸ ਨੇ ਬਾਅਦ 'ਚ ਉਹਦਾ ਪਾਠ ਕੀਤਾ, ਕਿ ਮਹਾਰਾਜ ਜੀ ਨੇ ਫਰਮਾਇਆ, ਨਾਮ ਧਿਆਇਨ ਸਾਜਨਾ, ਮਹਾਰਾਜ ਸ਼ਬਦ ਕਹਿ ਰਹੇ ਨੇ, ਜਨਮ ਪਦਾਰਥ ਜੀਤ, ਅੱਖਰੀ ਅਰਥ ਨੇ ਪਹਿਲਾਂ ਜੀ। ਨਾਮ ਧਿਆਇਨ, ਧਿਆਇਨ ਜਿਹੜਾ ਲਫਜ਼ ਹੈ ਇਹ ਬਹੁ ਸੰਖਿਆ ਵਾਸਤੇ, ਜਿਹਨੂੰ ਆਪਾਂ ਇਹ ਗ੍ਰੈਮਰ ਦੀ ਬੋਲੀ 'ਚ ਸੱਜਣ ਵਿਆਕਰਨ ਵਿੱਚ ਬਹੁ ਵਚਨ ਕਹਿੰਦੇ। ਨਾਮ ਧਿਆਇਨ ਸਾਜਨਾ, ਸਾਜਨਾ ਦਾ ਅਰਥ ਕਰਾਂਗੇ ਸੱਜਣ, ਗੁਰਮੁਖ ਇਬਾਦਤ ਕਰਨ ਵਾਲੀਆਂ ਰੂਹਾਂ, ਇਹਦੇ ਅਰਥ ਹੋ ਗਏ ਨਾਮ ਧਿਆਇਨ ਸਾਜਨਾ। ਜਿਨ੍ਹਾਂ ਗੁਰਮੁਖਾਂ ਨੇ, ਜਿਨ੍ਹਾਂ ਸੱਜਣ ਪੁਰਖਾਂ ਨੇ
ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਨੂੰ ਧਿਆਉਣਾ ਕੀਤਾ ਹੈ, ਉਹਦਾ ਨਾਮ ਜਪਿਆ ਹੈ, ਉਹਦਾ ਸਿਮਰਨ ਕੀਤਾ ਹੈ। ਅਤੇ ਅੱਗੇ ਮਹਾਰਾਜ ਕਹਿੰਦੇ ਨੇ ਉਹ ਕਰਕੇ ਕੀ ਕਹੇ, ਜਨਮ ਪਦਾਰਥ ਜੀਤ। ਜਨਮ ਦੇ ਲਫਜ਼ ਆਪਾਂ ਸਾਰੇ ਜਾਣਦੇ ਹਾਂ, ਉਂਝ ਵੈਸੇ ਇੱਕ ਤਾਂ ਜਨਮ ਦਾ ਅਰਥ ਹੈ ਕਿ ਜਿਸ ਵਕਤ ਇਨਸਾਨ ਮਾਂ ਦੀ ਕੁੱਖ ਤੋਂ ਇਸ ਸੰਸਾਰ ਵਿੱਚ ਆਉਂਦਾ, ਆਪਾਂ ਕਹਿੰਦੇ ਇੰਨੇ ਵਜੇ ਜਨਮ ਹੋਇਆ। ਦੂਸਰਾ, ਗੁਰਬਾਣੀ ਵਿੱਚ ਜਨਮ ਦੇ ਲਫਜ਼ੀ ਅਰਥ ਤੋਂ ਇਲਾਵਾ ਇੱਕ ਅਰਥ ਹੋਰ ਹੁੰਦੇ ਨੇ ਜ਼ਿੰਦਗੀ, ਉਹਨੂੰ ਆਪਾਂ ਜਨਮ ਤੋਂ ਲੈ ਕੇ ਮੌਤ ਤੱਕ ਦਾ ਜਿਹੜਾ ਵਕਤ ਹੈ ਉਹਦੇ ਅਰਥਾਂ ਵਿੱਚ ਲੈਂਦੇ ਹਾਂ। ਜ਼ਿੰਦਗੀ ਸਮਾਂ, ਜੀਵਨ ਦਾ ਸਮਾਂ, ਇਹਦੇ ਅਰਥ ਇਉਂ ਕਰਾਂਗੇ, ਨਾਮ ਧਿਆਨ ਸਾਜਨਾ। ਜਿਨ੍ਹਾਂ ਸੱਜਣਾ ਨੇ, ਗੁਰਮੁਖਾਂ ਨੇ, ਪਵਿੱਤਰ ਰੂਹਾਂ ਨੇ ਨਾਮ ਨੂੰ ਧਿਆਇਆ ਹੈ। ਜਨਮ ਪਦਾਰਥ, ਪਦਾਰਥ ਦਾ ਲਫਜ਼ੀ ਅਰਥ ਸ਼ੈ, ਚੀਜ਼, ਵਸਤੂ। ਉਹਨਾਂ ਨੇ ਆਪਣਾ ਜ਼ਿੰਦਗੀ ਰੂਪੀ ਜਿਹੜਾ ਪਦਾਰਥ ਹੈ, ਜਨਮ ਪਦਾਰਥ ਹੈ, ਜਾਂ ਆਪਣਾ ਜਿਹੜਾ ਮੌਕਾ ਮਿਲਿਆ ਹੈ ਇਸ ਮਨੁੱਖਾ ਜਨਮ ਦਾ, ਜਨਮ ਪਦਾਰਥ ਜੀਤ। ਉਹਨਾਂ ਨੇ ਜਨਮ ਦੀ ਵਸਤੂ ਨੂੰ, ਆਹ ਜਿਹੜੀ ਸ਼ੈ, ਆਹ ਜਿਹੜੀ ਚੀਜ਼, ਜਿਹੜਾ ਆਹ ਸਮਾਂ ਸਾਨੂੰ ਮਿਲਿਆ, ਇਸ ਨੂੰ ਉਹਨਾਂ ਜਿੱਤ ਲਿਆ। ਇਹਦਾ ਮਤਲਬ ਉਹ ਸੰਸਾਰ ਦੇ ਵਿੱਚ ਆਪਣੀ ਬਾਜ਼ੀ ਹਾਰ ਕੇ ਨਹੀਂ, ਇਬਾਦਤ ਕਰਨ ਵਾਲੇ ਆਪਣੀ ਜ਼ਿੰਦਗੀ ਦੀ ਬਾਜ਼ੀ ਜਿੱਤ ਕੇ ਜਾ ਰਹੇ ਨੇ। ਫਿਰ ਬੇਨਤੀ, ਨਾਮ ਧਿਆਨ ਸਾਜਨਾ। ਪਹਿਲਾਂ ਮੈਂ ਅਰਥ ਤਾਂ ਕਰ ਰਿਹਾ ਜੀ, ਕਿਉਂਕਿ ਜੇ ਕਥਾ ਕਰਨੀ ਪਤਾ ਹੋਵੇ ਆਪਾਂ ਕਿਹੜੀ ਗੱਲ ਕਰ ਰਹੇ ਹਾਂ, ਕਿਸ ਵਿਸ਼ੇ 'ਤੇ ਬੋਲ ਰਹੇ ਹਾਂ। ਨਾਮ ਧਿਆਨ ਸਾਜਨਾ, ਜਨਮ ਪਦਾਰਥ ਜੀਤ। ਅੱਗੇ ਹੈ ਸਤਿਗੁਰਾਂ ਨੇ ਫਰਮਾਇਆ, ਨਾਨਕ ਧਰਮ ਐਸੇ ਚਵਹਿ ਕੀਤੋ ਭਵਨ ਪੁਨੀਤ। ਥੋੜ੍ਹਾ ਜਿਹਾ ਇਸ ਗੱਲ ਨੂੰ, ਨਾਨਕ ਦਾ ਅਰਥ ਆਪਾਂ ਸਮਝ ਗਏ ਕਿ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਕਿਉਂਕਿ ਇੱਥੇ ਜਦੋਂ ਅਸੀਂ ਪਾਠ ਕਰਦੇ ਹਾਂ, ਦਾਸ ਕਈ ਵਾਰੀ ਕਹਿੰਦਾ ਕਿ ਸਰੀਰ ਬਦਲਦੇ ਪਏ ਆ, ਕਾਇਆ ਪਲਟੀਆਂ ਪਰ ਜੋਤ ਨਹੀਂ ਪਲਟੀ। ਜੋਤ ਉਹ ਆ ਜੁਗਤ ਸਾਏ ਸਹਿ ਕਾਇਆ ਫਿਰ ਪਲਟੀ ਹੈ, ਕਾਇਆ ਪਲਟਦੀ ਹੈ। ਇਹੀ ਕਾਰਨ ਜਦੋਂ ਸਰੀਰ ਬਦਲਦਾ ਹੈ, ਕਾਇਆ ਬਦਲਦੀ ਹੈ, ਅਤੇ ਮਹੱਲੇ ਪਹਿਲੇ ਤੋਂ ਦੂਜਾ ਕਹਿ ਦਿੰਦੇ ਹਾਂ, ਮਹੱਲਾ ਤੀਜਾ ਕਹਿ ਦਿੰਦੇ ਹਾਂ, ਚੌਥਾ, ਪੰਜਵਾਂ ਅਤੇ ਨੌਵਾਂ ਕਹਿੰਦੇ ਹਾਂ। ਪਰ ਗੁਰਮੁਖੋ, ਜਦੋਂ ਮਹੱਲਾ ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ ਅਤੇ ਨੌਵਾਂ ਹੁੰਦਾ ਹੈ, ਉਹਦੇ ਥੱਲੇ ਦੂਜੇ ਦਾ ਅਰਥ ਗੁਰੂ ਅੰਗਦ ਸਾਹਿਬ ਨਹੀਂ ਆਉਂਦਾ, ਥੱਲੇ ਕਹਿ ਅੰਗਦ ਨਹੀਂ ਆਉਂਦਾ। ਕੋਈ ਗੁਰੂ ਸਾਹਿਬਾਨ ਗੁਰੂ ਨਾਨਕ ਸਾਹਿਬ ਤੋਂ ਬਾਅਦ ਆਪਣੀ ਰਚਨਾ 'ਚ, ਆਪਣੀ ਬਾਣੀ 'ਚ ਆਪਣਾ ਨਾਮ ਨਹੀਂ ਵਰਤਦੇ ਜਿਹੜਾ ਉਹਨਾਂ ਦੇ ਉਸ ਪਵਿੱਤਰ ਕਾਇਆ ਦਾ ਨਾਮ ਹੈ, ਉੱਥੇ ਸ਼ਬਦ ਵਰਤਿਆ ਨਾਨਕ। ਇਹਦਾ ਮਤਲਬ ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ, ਨੌਵਾਂ, ਇਹ ਕਾਇਆ ਬਦਲ ਰਹੀ ਹੈ, ਪਰ ਨਾਨਕ ਸ਼ਬਦ ਸਾਰੀਆਂ ਥਾਵਾਂ 'ਤੇ ਚੱਲੇਗਾ, ਕਿਉਂਕਿ ਜੋਤ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਕੰਮ ਕਰ ਰਹੀ ਹੈ। ਫਿਰ ਅਰਜ਼ ਹੈ, ਇੱਥੇ ਨਾਨਕ ਦਾ ਅਰਥ ਕਰਾਂਗੇ, ਗੁਰੂ ਅਰਜੁਨ ਦੇ ਬਖਸ਼ਿਸ਼ ਕਰ ਰਹੇ ਆ। ਹਜ਼ੂਰ ਕਹਿੰਦੇ ਨਾਨਕ ਧਰਮ ਐਸੇ ਚਵਹਿ, ਥੋੜ੍ਹਾ ਜਿਹਾ, ਕਿਉਂਕਿ ਮੈਨੂੰ ਇਹਦੇ ਅਰਥਾਂ ਲਈ ਇਹ ਕਥਾ ਤਾਂ ਸਾਰੀ ਦੁਨੀਆ 'ਚ ਜਾਣੀ ਹੈ ਜੀ, ਰਿਕਾਰਡ ਹੋਣ ਤੋਂ ਬਾਅਦ। ਹੁਣ ਧਰਮ ਲਫਜ਼ ਜਿਹੜਾ ਹੈ, ਜਿਹੜੇ ਸੰਪਰਦਾਇ ਗੁਰਮੁਖਾਂ ਨੇ ਅਰਥ ਕੀਤੇ, ਇਹ ਇੱਥੇ ਧਰਮ ਦਾ ਅਰਥ ਕੀਤਾ ਧਰਮ ਰਾਜ, ਅਤੇ ਉਂਝ ਅਰਥਾਂ ਵਿੱਚ ਕੋਈ ਦਾਅਵਾ ਨਹੀਂ ਹੁੰਦਾ। ਜੇ ਕੋਈ ਬੰਦਾ ਕਹੇ ਵੀ ਮੈਂ ਬਿਲਕੁਲ ਮੁਕੰਮਲ ਕਰ ਰਿਹਾ, ਅੱਖਰੀ ਅਰਥ ਕੋਸ਼ ਵਿੱਚੋਂ ਵਿਆਕਰਨ ਦਾ ਸਹਾਰਾ ਲੈ ਕੇ ਆਪਾਂ ਕਰ ਜਾਵਾਂਗੇ, ਪਰ ਅਰਥਾਂ ਨੂੰ ਆਪਣੇ ਜੀਵਨ ਵਿੱਚ ਸੁਰਤ ਵਿੱਚ ਕਮਾਉਣਾ, ਇਹ ਉਹਦੀ ਬਖਸ਼ਿਸ਼ ਨਾਲ ਹੁੰਦਾ ਹੈ।
ਇੱਥੇ ਨਾਨਕ ਧਰਮ ਐਸੇ ਚਬ ਹੈ, ਸੰਪਰਦਾਇ ਅਰਥ ਨੇ ਕਿ ਇਹੋ ਜਿਹਾ ਗੁਰਮੁਖ ਪਿਆਰੇ। ਮੈਂ ਪਹਿਲਾਂ ਕਰਦਿਆਂ ਕਿਉਂਕਿ ਇੱਕ ਪੱਖ ਹੈ ਇਹਦੇ ਅਰਥਾਂ 'ਚ, ਜਦੋਂ ਕਿਤੇ ਧਰਮ ਰਾਜ ਦੇ ਕੋਲੋਂ ਲੰਘਦੇ ਆ, ਉਹਦੇ ਘਰ 'ਚੋਂ ਲੰਘਦੇ ਆ, ਜਿਵੇਂ ਰਾਜਾ ਜਨਕ ਗਿਆ ਕਹਿੰਦੇ ਨੇ, ਉਹ ਧਰਮ ਰਾਜ ਬੋਲ ਕੇ ਕਹਿੰਦਾ ਹੈ ਕਿ ਗੁਰਮੁਖੋ ਜਪਣ ਵਾਲਿਓ, ਤੁਸੀਂ ਮੇਰੇ ਘਰ ਨੂੰ ਪਵਿੱਤਰ ਕਰ ਦਿੱਤਾ ਹੈ। ਪਰ ਥੋੜ੍ਹਾ ਜਿਹਾ ਇਸ ਨੂੰ ਹੋਰ ਧਿਆਨ ਨਾਲ ਸੁਣਿਓ ਇਹ ਇਸ ਬੇਨਤੀ ਨੂੰ। ਨਾਨਕ ਧਰਮ ਐਸੇ ਚਵ ਹੈ ਤਕਰੀਬਨ। ਹੁਣ ਜੇ ਥੋੜ੍ਹਾ ਜਿਹਾ ਇੱਥੇ ਮੈਂ ਭਾਵੇਂ ਆਪ ਸੰਗਤ ਦਾ ਸਾਰਿਆਂ ਦਾ ਵਿਸ਼ਾ ਨਹੀਂ, ਪਰ ਮੈਨੂੰ ਪਤਾ ਉੱਪਰ ਸਕਰੀਨ 'ਤੇ ਲਿਖਿਆ ਹੋਇਆ ਅਤੇ ਮੈਨੂੰ ਅਰਥ ਕਰਨ 'ਚ ਸੌਖਾ ਆ ਜਾਏਗੀ। ਹੁਣ ਨਾਨਕ ਧਰਮ ਐਸੇ ਚਵ ਹੈ, ਧਰਮ ਦਾ ਜਿਹੜਾ ਮੰਮਾ ਹੈ ਇਹ ਮੁਕਤਾ ਹੈ। ਫਿਰ ਬੇਨਤੀ ਸੁਣਿਓ, ਧਰਮ ਦੇ ਮੰਮੇ ਨੂੰ ਮਹਾਰਾਜ ਨੇ ਇਹ ਔਂਕੜ ਨਹੀਂ ਲਾਈ। ਉਸ ਤੋਂ ਬਾਅਦ ਅਗਲਾ ਸ਼ਬਦ ਹੈ ਐਸੇ, ਐਸੇ ਲਫ਼ਜ਼ ਜਿਹੜਾ ਇਹ ਬਹੁ ਵਚਨ ਹੈ। ਫਿਰ ਸੁਣਿਓ, ਐਸੇ ਚਵ ਹੈ, ਇੱਥੇ ਜਿਹੜਾ ਸ਼ਬਦ ਆਪਾਂ ਚਵੇ ਪੜ੍ਹ ਰਹੇ, ਚਵੇ ਦਾ ਅਰਥ ਹੁੰਦਾ ਬੋਲਣਾ, ਇਹ ਵੀ ਬਹੁ ਵਚਨ ਵਿੱਚ ਹੈ। ਨਾਨਕ ਧਰਮ ਐਸੇ ਚਵ ਹੈ ਕੀਤੋ ਭਵਨ ਪੁਨੀਤ। ਸੁਣਿਓ, ਅਸਲ 'ਚ ਜਿਹੜੇ ਇਹਦੇ ਅਰਥ ਗੁਰਮੁਖਾਂ ਨੇ ਬਹੁ ਗਿਣਤੀ 'ਚ ਕੀਤੇ ਉਹ ਇਹ ਨੇ ਕਿ ਇਹੋ ਜਿਹੇ ਨਾਮ ਜਪਣ ਵਾਲੀਆਂ ਜਿਹੜੀਆਂ ਰੂਹਾਂ ਨੇ, ਨਾਨਕ ਧਰਮ ਐਸੇ ਚਵ ਹੈ, ਉਹ ਸਾਰੀ ਜ਼ਿੰਦਗੀ ਆਪਣੇ ਮੁੱਖ ਤੋਂ ਧਰਮ ਦੀ ਬੋਲੀ ਹੀ ਬੋਲਦੇ ਆ। ਫਿਰ ਬੇਨਤੀ ਹੈ, ਨਾਨਕ ਧਰਮ ਐਸੇ ਚਵੇ, ਇਹਦਾ ਧਰਮ ਐਸੇ ਚਵੇ ਦਾ ਧਰਮ ਦਾ ਅਰਥ ਕੀ ਹੋ ਗਿਆ? ਹੁਣ ਆਪਾਂ ਵੀ ਖਲੋ ਕੇ ਨੇ ਕਥਾ ਕਰ ਰਹੇ ਹਾਂ, ਧਰਮ ਦੀ ਗੱਲ ਕਰਾਂਗੇ। ਨਹੀਂ ਪਿਆਰਿਓ, ਨਾਨਕ ਧਰਮ ਐਸੇ ਚਵੇ, ਉਹ ਕਿਹੜਾ ਧਰਮ? ਕਿਉਂਕਿ ਧਰਮ ਸ਼ਬਦ ਆਪਣੇ ਆਪ 'ਚ ਬੜਾ ਵਿਸ਼ਾਲ ਹੈ ਜੀ, ਬੜੇ ਗਹਿਰੇ ਅਰਥ ਰੱਖਦਾ। ਆ ਜਿਸ ਧਰਤੀ 'ਤੇ ਆਪਾਂ ਬੈਠੇ ਹਾਂ ਨਾ, ਜੇ ਧਰਮ ਨਾ ਹੁੰਦਾ ਇਸ ਧਰਤੀ ਵੀ ਨਹੀਂ ਸੀ ਟਿਕੀ ਹੋਣਾ। ਮਹਾਰਾਜ ਨੇ ਵਚਨ ਕੀਤਾ ਕਿ ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਇਸ ਵਿੱਚ ਧਰਤੀ ਥਾਪ ਰੱਖੀ, ਧਰਮਸਾਲ ਥਾਪ ਰੱਖੀ। ਆ ਪੜ੍ਹ ਦਿਓ, ਧੌਲ ਧਰਮ ਦਇਆ ਕਾ ਪੂਤ। ਧਰਮ ਉਹ ਕਿਹੜੀ ਸ਼ਬਦ ਹੈ? ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਮੈਂ ਫਿਰ ਬੇਨਤੀ ਕਰਾਂ, ਧਰਮ ਦੇ ਬਹੁਤ ਗਹਿਰੇ ਅਰਥ ਨੇ, ਕਿਉਂਕਿ ਅਸੀਂ ਅਰਥ ਕਰਨੇ ਹਾਂ ਜ਼ਿਆਦਾਤਰ ਸੰਪਰਦਾਇ ਸਿੱਖ ਧਰਮ, ਹਿੰਦੂ ਧਰਮ, ਮੁਸਲਮਾਨ ਧਰਮ, ਈਸਾਈ ਧਰਮ, ਜਿਹੜੇ ਰੱਬ ਨੂੰ ਨਹੀਂ ਮੰਨਦੇ ਆਪਾਂ ਉਹਨਾਂ ਨੂੰ ਵੀ ਕਹਿ ਦਿੰਦੇ ਹਾਂ ਬੁੱਧ ਧਰਮ, ਹਾਲਾਂਕਿ ਬੁੱਧ ਆਤਮਾ ਪਰਮਾਤਮਾ ਦੀ ਗੱਲ ਨਹੀਂ ਕਰਦੇ। ਮੇਰੀ ਅਰਜ਼ ਹੈ, ਇੱਥੇ ਧਰਮ ਦੇ ਜਦੋਂ ਅਰਥ ਕਰਾਂਗੇ, ਕਿਹੜਾ ਧਰਮ ਉਹ ਬੋਲਦੇ ਨੇ? ਨਾਨਕ ਧਰਮ ਐਸੇ ਚਵ ਹੈ, ਇੱਥੇ ਗੁਰਮੁਖੋ ਧਰਮ ਦੀ ਵਿਆਖਿਆ ਲਈ ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚੋਂ ਦਰਸ਼ਨ ਕਰਨੇ ਪੈਣਗੇ। ਮੈਂ ਕਿਉਂਕਿ ਪਹਿਲਾਂ ਥੋੜ੍ਹੇ ਜਿਹਾ ਆਖਰੀ ਅਰਥ ਕਰਨੇ ਨੇ। ਗੁਰੂ ਗ੍ਰੰਥ ਸਾਹਿਬ ਵਿੱਚ ਧਰਮ ਦੀ ਡੈਫੀਨੇਸ਼ਨ ਹੈ ਕਿ ਜਿਸ ਵਿੱਚ ਇੱਕ ਤਾਂ ਪਰਮਾਤਮਾ ਦੇ ਨਾਮ ਦਾ ਸਿਮਰਨ ਅਤੇ ਦੂਸਰਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹਦੀ ਜ਼ਿੰਦਗੀ ਦੇ ਕੰਮ ਅਤ ਦੇ ਪਵਿੱਤਰ। ਨਾਨਕ ਧਰਮ ਐਸੇ ਚਵੇ, ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਆਹ ਐਸੇ ਚਵੇ ਬਲਿਓ ਚਿਰਾਗ ਅੰਧਿਆਰ ਮੈਂ। ਆਹ ਥੋੜ੍ਹਾ ਜਿਹਾ ਪਲੀਜ਼ ਬੱਚਿਆਂ ਨੂੰ ਦੇ ਤੁਸੀਂ ਰੋਕ ਲਓ ਨਾ, ਮੇਰੀ ਬੇਨਤੀ ਹੈ। ਮਹਾਰਾਜ ਕਹਿੰਦੇ ਬਲਿਓ ਚਿਰਾਗ ਅੰਧਿਆਰ ਮੈਂ, ਸਭ ਕਲ ਉਧਰੀ ਇੱਕ ਨਾਮ ਧਰਮ, ਇੱਕ ਨਾਮ ਧਰਮ। ਇਹਦੇ ਫਿਰ ਬੇਨਤੀ, ਨਾਨਕ ਧਰਮ ਐਸੇ ਚਵੇ, ਬੰਦਗੀ ਕਰਨ ਵਾਲੇ ਸਾਰੀ ਜ਼ਿੰਦਗੀ ਆਪਣੇ ਮੁੱਖ ਤੋਂ ਧਰਮ ਦੀ ਗੱਲ ਕਰਦੇ ਆ। ਇਹਦਾ ਮਤਲਬ ਹੋ ਗਿਆ ਉਹ ਸਿਮਰਨ ਦੀ ਗੱਲ ਕਰਦੇ ਆ। ਕੀਤੋ, ਉਹਨਾਂ ਕੀਤੋ ਦਾ ਅਰਥ ਕਰ ਦਿੱਤਾ, ਭਵਨ ਦਾ ਅਰਥ ਟਿਕਾਣਾ,
ਉਂਝ ਪ੍ਰੋਫੈਸਰ ਸਾਹਿਬ ਸਿੰਘ ਨੇ ਭਵਨ ਦੇ ਅਰਥ ਕੀਤੇ ਨੇ ਜਗਤ ਭਵਨ, ਪਰ ਮੈਂ ਫਿਰ ਬੇਨਤੀ ਕਰਾਂ ਕੀਤੋ ਭਵਨ ਪੁਨੀਤ। ਉਹ ਧਰਮ ਦੀ ਗੱਲ ਕਰਨ ਵਾਲੇ, ਸਿਮਰਨ ਕਰਨ ਵਾਲੇ ਜਿਸ ਘਰ ਵਿੱਚੋਂ ਜਿਸ ਥਾਂ ਤੋਂ ਲੰਘ ਜਾਣਗੇ, ਸੱਚੇ ਵੀ ਉਹਨਾਂ ਦੀ ਕਮਾਈ ਕਰਕੇ ਉਹ ਘਰ ਵੀ ਪਵਿੱਤਰ ਹੋ ਜਾਂਦਾ। ਭਵਨ ਦਾ ਅਰਥ ਆਪਾਂ ਕਰਾਂਗੇ ਟਿਕਾਣਾ ਪਾਉਣ, ਅਰਥ ਘਰ। ਮੈਂ ਆਖਰੀ ਅਰਥ ਕੀਤੇ ਨੇ, ਥੋੜ੍ਹਾ ਜਿਹਾ ਆਓ ਇਹਦੇ ਭਾਵ ਅਰਥ ਤੋਂ ਬਾਅਦ ਇਹਦੀ ਥੋੜ੍ਹੀ ਜਿਹੀ ਵਿਆਖਿਆ ਹੈ ਕਿ ਜਿਹੜਾ ਬੰਦਾ ਨਾਮ ਜਪਦਾ ਹੈ ਉਂਝ ਦੁਨੀਆਂ 'ਚ ਜੇਤੂ ਬੜੇ ਹੋਏ ਜੇ, ਪਰ ਜ਼ਿੰਦਗੀ ਨੂੰ ਜਿੱਤਣ ਵਾਲਾ ਕੋਈ ਟਾਵਾਂ ਟਾਵਾਂ ਹੁੰਦਾ ਹੈ। ਫਿਰ ਅਰਜ ਸੁਣੋ, ਇੱਕ ਗੁਰੂ ਗ੍ਰੰਥ ਸਾਹਿਬ 'ਚ ਬਚਨ ਹੈ, ਨਾਨਕ ਗਿਆਨੀ ਜਗ ਜੀਤਾ। ਇਸ ਤੁਕ ਨੂੰ ਸੁਣਿਓ, ਮੇਰੀ ਬੇਨਤੀ ਹੈ, ਨਾਨਕ ਗਿਆਨੀ ਜਗ ਜੀਤਾ, ਜਗ ਜੀਤਾ ਸਭ ਕੋਏ, ਨਾਮੇ ਕਾਰਜ ਸਿੱਧ ਹੈ ਸਹਿਜੇ ਹੋਏ ਸੋ ਹੋਏ। ਮੈਂ ਦੋ ਤੁਕਾਂ ਪੜ੍ਹੀਆਂ ਨੇ, ਫਿਰ ਇਹਦੇ ਅਰਥ ਕਰ ਦੇਣਾ। ਅਰਜ਼ ਹੈ ਨਾਨਕ, ਇਹ ਗੁਰੂ ਅਮਰਦਾਸ ਦਾ ਬਚਨ ਹੈ, ਨਾਨਕ ਇਹਦਾ ਅਰਥ ਹੋ ਗਿਆ ਗੁਰੂ ਅਮਰਦਾਸ ਬਖਸ਼ ਕਰ ਰਿਹਾ, ਗਿਆਨੀ ਜਗ ਜੀਤਾ। ਇੱਥੇ ਮੈਂ ਫਿਰ ਕਹਾਂਗਾ, ਮੈਂ ਕੋਈ ਕਲਾਸ ਨਹੀਂ ਲਾ ਰਿਹਾ ਗੁਰਮਤ ਦੀ ਸੰਥਿਆ ਦੀ, ਨਾਨਕ ਗਿਆਨੀ ਜਗ ਜੀਤਾ। ਦੂਜੀ ਮੈਂ ਤੋਕ ਇਹਦੇ ਨਾਲ ਅਗਲੀ ਤੋਕ ਕੇ ਜਗ ਜੀਤਾ ਸਭ ਕੋਏ, ਆਮ ਤੌਰ 'ਤੇ ਨਹੀਂ ਸਮਝ ਪੈਣੀ ਵੀ ਇਹ ਕੀ ਗੱਲ ਹੋ ਰਹੀ। ਹੁਣ ਪਹਿਲੀ ਬੇਨਤੀ, ਜਿੱਥੇ ਨਾਨਕ ਗਿਆਨੀ ਜਗ ਜੀਤਾ, ਜਗ ਦੇ ਗੱਗੇ ਨੂੰ ਔਂਕੜ ਲੱਗੀ ਹੈ, ਇਹਦਾ ਅਰਥ ਆ ਸੰਸਾਰ ਜਿਹੜਾ ਦਿਸ ਰਿਹਾ। ਜੀਤਾ ਦਾ ਅਰਥ ਹੈ ਜਿੱਤ ਲੈਣਾ। ਮਹਾਰਾਜ ਕਹਿੰਦੇ ਨੇ ਰੂਹਾਨੀਅਤ ਦਾ ਗਿਆਨ ਰੱਖਣ ਵਾਲੇ ਬ੍ਰਹਮ ਗਿਆਨੀ ਨੇ ਆਹ ਜਗਤ ਦੀ ਵਾਸ਼ਨਾ ਜਿਹੜੀ ਸਭ ਨੂੰ ਤੰਗ ਕਰਦੀ ਹੈ, ਸੱਚ ਇਹ ਵੇ ਕਿ ਉਸ ਗਿਆਨੀ ਨੇ ਇਸ ਜਗਤ ਨੂੰ ਜਿੱਤ ਲਿਆ ਹੈ। ਫਿਰ ਬੇਨਤੀ, ਜਗ ਜੀਤਾ। ਹੁਣ ਜੇ ਆਪਾਂ ਇਹਦੇ ਅਰਥ ਬਾਰਮੁਖੀ ਕਰਾਂਗੇ, ਆਹ ਬਾਰਮੁਖੀ ਨਹੀਂ ਹੋਣੇ, ਬਾਰਮੁਖੀ ਤਾਂ ਵੋਟਾਂ 'ਚ ਖਲੋਜੂ, ਕੋਈ ਨਾਮ ਜਪਣ ਵਾਲਾ ਅਗਲੇ ਦੀ ਜਮਾਨਤ ਜਪਤ ਹੋ ਜਾਣੀ, ਫਿਰ ਆਪਾਂ ਕਹਾਂਗੇ ਵੀ ਉਹ ਤਾਂ ਜਿੱਤਿਆ ਕੋਈ ਨਹੀਂ। ਇਹਦੇ ਅਰਥ ਮੇਰੀ ਫਿਰ ਅਰਜ਼, ਨਾਨਕ ਗਿਆਨੀ ਜਗ ਜੀਤਾ, ਜਿਹੜੀ ਵਾਸ਼ਨਾ ਜਗਤ ਨੂੰ ਹਰਾ ਰਹੀ ਹੈ, ਜਿਹੜੀ ਮਨੁੱਖਾਂ ਜਨਮ ਦੇ ਪਦਾਰਥ ਨੂੰ ਹਰਾ ਦਿੰਦੀ ਹੈ, ਰੂਹਾਨੀਅਤ ਗਿਆਨ ਰੱਖਣ ਵਾਲੇ ਗੁਰਮੁਖ ਨੇ ਜਗਤ ਨੂੰ ਜਿੱਤ ਲਿਆ, ਨਾਨਕ ਗਿਆਨੀ ਜਗ ਜੀਤਾ। ਅਤੇ ਅਗਲੀ ਤੋਕ ਹੈ ਜਗ ਜੀਤਾ ਸਭ ਕੋਏ। ਮੈਂ ਕੱਲ੍ਹ ਜਦੋਂ ਪਾਠ ਕੀਤਾ ਜੀ, ਮੈਂ ਹੈਰਾਨ ਹੋਇਆ, ਸੱਚੇ ਪਾਤਸ਼ਾਹ ਮੈਨੂੰ ਤਕਰੀਬਨ 30 ਸਾਲ ਹੋ ਚੁੱਕੇ ਨੇ ਬੋਲਦੇ, ਪਾਠ ਕਈ ਵਾਰੀ ਕੀਤਾ, ਤੁਕ ਵੀ ਕਈ ਵਾਰੀ ਅੱਖਾਂ ਸਾਹਮਣੇ ਆਈ, ਪਰ ਇਸ ਢੰਗ ਨਾਲ ਉਹਨੂੰ ਨਾ ਦੇਖਿਆ। ਨਾਨਕ ਗਿਆਨੀ ਜਗ ਜੀਤਾ, ਅਗਲਾ ਹੈ ਜਗ ਜੀਤਾ ਸਭ ਕੋਏ, ਉੱਥੇ ਜਗ ਦੇ ਗੱਗੇ ਨੂੰ ਸਿਹਾਰੀ ਪਈ ਹੈ, ਇਹਦਾ ਅਰਥ ਹੈ ਜਗਤ ਨੇ। ਫਿਰ ਸੁਣਿਓ, ਗਿਆਨੀ ਨੇ ਜਗਤ ਨੂੰ ਜਿੱਤ ਲਿਆ, ਅਤੇ ਜਗਤ ਦੀ ਵਾਸ਼ਨਾ ਨੇ ਸਾਰੀ ਦੁਨੀਆਂ ਨੂੰ ਜਿੱਤਿਆ ਹੋਇਆ ਹੈ। ਫਿਰ ਬੇਨਤੀ, ਜਗਤ ਲੋਕਾਂ ਨੂੰ ਜਿੱਤ ਗਿਆ, ਪਰ ਗਿਆਨੀ ਨੇ ਜਗਤ ਜਿੱਤ ਲਿਆ, ਨਾਨਕ ਗਿਆਨੀ ਜਗ ਜੀਤਾ, ਜਗ ਜੀਤਾ ਸਭ ਕੋਏ। ਅਤੇ ਕਿਵੇਂ ਜਿੱਤ ਲਿਆ ਜੀ? ਕਹਿਣ ਲੱਗੇ ਨਾਮੇ ਕਾਰਜ ਸਿੱਧ ਹੈ, ਨਾਮ ਧਿਆਇਨ ਸਾਜਨਾ। ਉਹਨਾਂ ਨੇ ਨਾਮ ਜਪਿਆ, ਸਿਮਰਨ ਕੀਤਾ, ਉਸ ਸਿਮਰਨ ਦੀ ਤੁਫੈਲਸ਼ ਇਸ ਵਾਸ਼ਨਾ ਨੂੰ ਜਿੱਤ ਲਿਆ, ਨਾਮੇ ਕਾਰਜ ਸਿੱਧ ਹੈ ਸਹਿਜੇ ਹੋਏ ਸੋ ਹੋਏ, ਸੁੱਤੇ ਸਿੱਧ ਵਾਹਿਗੁਰੂ ਦੀ ਉਹਨਾਂ 'ਤੇ ਕਿਰਪਾ ਹੋ ਗਈ। ਇੱਕ ਬਚਨ ਅਸੀਂ ਰੋਜ਼ ਪੜ੍ਹਦੇ ਹਾਂ ਜੀ ਜਪਜੀ ਸਾਹਿਬ ਦੇ ਵਿੱਚ, ਮੈਂ ਫਿਰ ਅਰਜ਼ ਕਰਾਂਗਾ, ਨਾਮ ਜਪਣ ਵਾਲਾ ਜ਼ਿੰਦਗੀ ਦੀ ਬਾਜੀ ਹਾਰ ਕੇ ਨਹੀਂ ਜਾਂਦਾ ਪਿਆਰਿਓ, ਨਾਮ ਜਪਣ ਵਾਲਾ ਜਿੱਤ ਕੇ ਜਾਂਦਾ ਹੈ। ਅੱਜ 3-4 ਉਦਾਹਰਨਾਂ ਮੈਂ ਸਾਖੀ ਰੂਪ ਵੀ ਬੇਨਤੀ ਕਰਨੀਆਂ ਨੇ ਕਿ ਜਿਨ੍ਹਾਂ ਨੇ ਜਪਿਆ ਜਿੱਤ ਕੇ ਗਏ।
ਇੱਕ ਭਾਈ ਸਾਹਿਬ ਉਹਨਾਂ ਨੇ ਸ਼ਬਦ ਪੜ੍ਹਿਆ ਹੈ, ਬੜਾ ਸੰਗਤ ਨੂੰ ਬਹੁਤ ਸੁਣਦੀ ਸੀ, ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀ। ਇਹ ਸ਼ਬਦ ਹੈ ਖੌਂ ਗੋਸਾਈ ਦਾ ਪਹਿਲਵਾਨੜਾ, ਨਾਮ ਧਿਆਇਨ ਸਾਜਨਾ, ਤੁਕ ਤੋਂ ਦੂਰ ਨਹੀਂ ਜਾਣਾ, ਅਰਥ ਆਪਾਂ ਕੀ ਕਰ ਰਹੇ। ਹਾਂ ਗੁਸਾਈ ਦਾ ਪਹਿਲਵਾਨੜਾ, ਇਹ ਪਹਿਲਵਾਨੜਾ ਦਾ ਲਫ਼ਜ਼ੀ ਅਰਥ ਨਿੱਕਾ ਜਿਹਾ ਪਹਿਲਵਾਨ, ਗੁਸਾਈ ਦਾ ਅਰਥ ਪਰਮਾਤਮਾ। ਹਾਂ ਗੁਸਾਈ ਦਾ ਪਹਿਲਵਾਨੜਾ, ਅਤੇ ਮਹਾਰਾਜ ਅੱਗੇ ਕਹਿੰਦੇ ਮੈਂ ਗੁਰਮੇਲ ਉੱਚ ਦੁਮਾਲੜਾ, ਗੁਰੂ ਜੀ ਨੂੰ ਮਿਲ ਕੇ ਮੇਰਾ ਦੁਮਾਲਾ ਉੱਚਾ ਹੋ ਗਿਆ। ਇਹ ਵੀ ਮੈਂ ਇੱਥੇ ਅਰਜ਼ ਕਰਦਿਆਂ, ਇੱਕ ਤਾਂ ਆਪਣੇ ਸਿੰਘ ਦਸਤਾਰ ਸਜਾਉਂਦੇ ਨੇ ਦੁਮਾਲਾ ਕਹਿੰਦੇ ਆ ਨਾ, ਥੱਲੇ ਸਜਾ ਕੇ ਉੱਤੇ ਫਿਰ ਦਸਤਾਰ ਸਜਾ ਕੇ ਦੁਮਾਲਾ ਕਹਿੰਦੇ ਆ ਜੀ, ਬੀਬੀਆਂ ਸਜਾਉਂਦੀਆਂ। ਪਰ ਮੇਰੀ ਅਰਜ਼ੇ ਇਸ ਦੁਮਾਲੇ ਦੇ ਅਰਥ, ਗੁਰਮਿਲ ਉੱਚ ਦੁਮਾਲੜਾ, ਇਹ ਅਰਥ ਆਪ ਬਜ਼ੁਰਗਾਂ ਨੂੰ ਪਤਾ ਹੋਣਾ ਜਿਹੜੇ ਪੇਂਡੂ ਕਲਚਰ 'ਚ ਰਹੇ ਹੋ, ਕਿ ਜਦੋਂ ਅਖਾੜਾ ਹੁੰਦਾ ਸੀ ਛਿੰਝ ਪੈਂਦੀ ਸੀ, ਛਿੰਝ ਦਾ ਮਤਲਬ ਜਦੋਂ ਕੁਸ਼ਤੀ ਵਾਲੇ ਹੁੰਦੇ ਸਨ ਪਹਿਲਵਾਨ, ਇਹ ਜਿਹੜਾ ਜਿੱਤ ਜਾਂਦਾ ਸੀ ਨਾ ਜੀ, ਉਹਦੇ ਸਿਰ ਦੇ ਉੱਤੇ ਕੱਪੜਾ ਬੰਨ੍ਹਦੇ ਸਨ, ਉਸ ਕੱਪੜੇ ਨੂੰ ਸਰਬੰਦ ਵੀ ਕਹਿੰਦੇ ਸਨ, ਸਿਰਬੰਦ ਨਹੀਂ ਸਰਬੰਦ। ਉਹ ਜਿਹੜਾ ਜਿੱਤ ਗਿਆ ਉਹਦੇ ਸਿਰ ਦੇ ਉੱਤੇ ਕੱਪੜਾ ਬੰਨ੍ਹਣਾ, ਅਤੇ ਉਸ ਕੱਪੜੇ ਦਾ ਇੱਕ ਲੜ ਜਿਹੜਾ ਹੈ ਉਹ ਪੱਗ ਤੋਂ ਉੱਤੇ ਛੱਡ ਦਿੰਦੇ ਸਨ, ਜਿਹਨੂੰ ਸਾਡੇ ਲੋਕ ਤੁਰਲਾ ਕਹਿੰਦੇ ਸਨ। ਮੇਰੀ ਬੇਨਤੀ ਹੈ ਦੁਮਾਲੜਾ, ਮੈਂ ਗੁਰੂ ਨੂੰ ਮਿਲ ਕੇ ਮੇਰਾ ਦੁਮਾਲਾ ਉੱਚਾ ਹੋ ਗਿਆ, ਦੁਮਾਲੇ 'ਤੇ ਸਿੰਘ ਫਰਰਾ ਸਜਾਉਂਦੇ ਆ ਜੀ, ਉਹ ਮੈਂ ਸ਼ਬਦ ਵਰਤ ਰਿਹਾ। ਜਦੋਂ ਪਹਿਲਵਾਨ ਜਿੱਤ ਜਾਣਾ ਅਤੇ ਫਿਰ ਗੁਰਮੁਖੋ ਉਹਦੇ ਸਿਰ 'ਤੇ ਪੱਗ ਬੰਨ੍ਹਣੀ, ਸਰਬੰਧ ਬੰਨ੍ਹਣਾ, ਉਹਦੇ ਸਿਰ ਦੇ ਉੱਪਰ ਇੱਕ ਤੁਰਲਾ ਜਿਹਾ ਇੱਕ ਕੱਪੜਾ ਜਿਹੜਾ ਉਹ ਉੱਚਾ ਖਿਲਦਾ ਸੀ, ਅਤੇ ਉਸ ਤੋਂ ਬਾਅਦ ਜਿੱਤਣ ਤੋਂ ਬਾਅਦ ਨਾ ਜੀ ਉਹ ਸਾਰੇ ਅਖਾੜੇ ਦੇ ਵਿੱਚ ਚਾਰ ਚੁਫੇਰੇ ਉਹ ਤੁਰਦਾ ਹੁੰਦਾ ਸੀ, ਲੋਕ ਉਹਨੂੰ ਦੇਖਦੇ ਸਨ, ਕਈ ਲੋਕ ਉਹਨੂੰ ਇਨਾਮ ਦਿੰਦੇ ਸਨ, ਇਹ ਜਿੱਤ ਗਿਆ ਹੈ, ਜਿਹਦੀ ਉਹਨੂੰ ਮਾਲੀ ਸ਼ਬਦ ਵੀ ਕਹਿੰਦੇ ਸਨ, ਇਹਦੀ ਮਾਲੀ ਉੱਚੀ ਹੋ ਗਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਭਾਈ ਹੈ ਤਾਂ ਸੰਸਾਰ ਇੱਕ ਅਖਾੜਾ, ਮੈਂ ਵਾਹਿਗੁਰੂ ਜੀ ਦਾ ਗੁਰੂ ਦਾ ਨਿੱਕਾ ਜਿਹਾ ਪਹਿਲਵਾਨ ਹਾਂ, ਅਤੇ ਸੱਚ ਇਹ ਵੇ ਮੇਰਾ ਤੁਰਾ ਮੇਰਾ ਤੁਰਲਾ ਗੁਰੂ ਨੂੰ ਮਿਲ ਕੇ ਉੱਚਾ ਹੈ। ਆ ਛਿੰਝ ਇਕੱਠੀ ਹੋਈਏ, ਕਾਮ ਕ੍ਰੋਧ ਲੋਭ ਅਹੰਕਾਰ, ਇਹ ਵਾਸ਼ਨਾਵਾਂ ਫੇਰੀਆਂ ਪਾਉਂਦੀਆਂ ਪਈਆਂ ਨੇ, ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰੂ ਜੀ ਨੇ ਥਾਪੜਾ ਦਿੱਤੀ, ਨਾਮ ਦੀ ਕਿਰਪਾ ਨਾਲ ਸੱਚੀ ਮੁੱਚੀ ਮੈਂ ਜ਼ਿੰਦਗੀ ਦੀ ਬਾਜ਼ੀ ਅੱਜ ਜਿੱਤ ਗਿਆ। ਪਾਠ ਮੈਂ ਪੂਰਾ ਕਰ ਦੇਣਾ, ਖੌਂ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦੁਮਾਲੜਾ, ਸਭ ਹੋਈ ਛਿੰਝ ਇਕੱਠਿਆ, ਦਈਓ ਬੈਠਾ ਵੇਖੈ ਆਪ ਜੀਓ, ਵਾਤ ਵੱਜਣ ਟਮਕ ਭੇਰੀਆਂ, ਮਲ ਲੱਥੇ ਲੈਂਦੇ ਫੇਰੀਆਂ। ਮਲ ਦਾ ਅਰਥ ਆਪ ਜਾਣਦੇ ਹੋ ਕਿ ਮਲ ਦਾ ਅਰਥ ਪਹਿਲਵਾਨ, ਮਲ ਲੱਥੇ ਲੈਂਦੇ ਫੇਰੀਆਂ, ਨਹਿਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ, ਕੰਢ ਜੀਓ ਨਾਮ ਧਿਆਇਨ ਸਾਜਨਾ, ਜਨਮ ਪਦਾਰਥ ਜੀਤ। ਫਿਰ ਅਗਲੀ ਬੇਨਤੀ ਇੱਕ ਹੋਰ ਪ੍ਰਮਾਣ ਦੇ ਕੇ ਕਿ ਦੇਖੋ ਜਾਣਾ ਸਭ ਨੇ ਹੈ, ਅਗਲੀ ਉਸ ਤੋਂ ਹੈ ਕਿ ਸਭ ਇਕੱਠੇ ਹੋਏ ਆਇਆ, ਜਨਮ ਦਾ ਸਭ ਦਾ ਇਕੱਠੇ ਆਇਆ ਜੀ, ਮਨਮੁਖ ਵੀ ਜਨਮ ਮਾਂ ਦੀ ਕੁੱਖ ਤੋਂ ਲਿਆ, ਸੰਤ ਨੇ ਵੀ ਲਿਆ, ਸਾਖਤ ਨੇ ਵੀ ਲਿਆ, ਘਰ ਜਾਸਨ ਵਾਟ ਵਟਾਇਆ। ਜਦੋਂ ਬੰਦੇ ਨੇ ਮੌਤ ਹੋਣੀ ਹੈ ਇਹਦਾ ਰਸਤਾ ਵੱਖਰਾ ਹੋ ਜਾਣਾ, ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀ। ਥੋੜ੍ਹਾ ਜਿਹਾ ਨੂੰ ਦੁਨਿਆਵੀ ਉਦਾਹਰਨ ਮੈਂ ਫਿਰ ਅਰਜ਼ ਕਰਨ ਲੱਗਾ, ਦੁਨੀਆਂ ਨੂੰ ਜਿੱਤਣਾ, ਬੜੇ ਜਗਤ ਜੇਤੂ ਪੈਦਾ ਹੋਏ, ਪਰ ਪਿਆਰਿਓ ਅੰਦਰ ਨੂੰ ਜਿੱਤਣ ਵਾਲੇ, ਵਾਸ਼ਨਾ ਨੂੰ ਜਿੱਤਣ ਵਾਲੇ ਰੱਬ ਦੀ ਕਿਰਪਾ ਵਾਲੀ ਹੋਏ।
ਅਸੀਂ ਰੋਜ਼ ਇੱਕ ਬਚਨ ਪੜ੍ਹਨੇ, ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ, ਬਾਜਤ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ ਖਿੰਸਤ ਹੈ ਰਾਜ ਖਜਾਰੇ, ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨੀ ਜਾਤ ਵਿਚਾਰੇ, ਸ਼੍ਰੀਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ। ਸੋਈਆ ਪੜ੍ਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੀ। ਹੁਣ ਇਹਦੇ ਵਿੱਚ ਕਿੱਡਾ ਵੱਡਾ ਬੰਦਾ ਜੀ, ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ, ਦੋਨੋਂ ਪੱਖ ਮੈਂ ਰੱਖ ਰਿਹਾ, ਜਗਤ ਜਿੱਤਣ ਵਾਲੇ ਅਤੇ ਦੂਜੇ ਪਾਸੇ ਜਨਮ ਪਦਾਰਥ ਜਿੱਤਣ ਵਾਲੇ। ਇੱਕ ਬੰਦੇ ਨੇ, ਰਾਜੇ ਨੇ ਆਪਣਾ ਜਿੰਨਾ ਵੀ ਦੇਸ਼ ਸੀ, ਨਿੱਕੇ ਨਿੱਕੇ ਰਜਵਾੜੇ ਸਨ ਨਾ ਜੀ, ਉਹਨਾਂ ਸਾਰਿਆਂ ਨੂੰ ਫਤਿਹ ਕਰ ਲਿਆ। ਜੀਤ ਫਿਰੈ ਸਭ ਦੇਸ਼, ਆਪਣਾ ਸਾਰਾ ਦੇਸ਼ ਜਿੱਤ ਲਿਆ। ਹੁਣ ਦੇਸ਼ ਜਿੱਤਣ ਤੋਂ ਬਾਅਦ ਉਹਦੀ ਖਵਿਸ਼ ਹੋਰ ਪੈਦਾ ਹੋਈ ਕਿ ਜਿਹੜੇ ਗਵਾਂਢੀ ਮੁਲਕ ਨੇ ਇਹਦੀਆਂ ਸਰਹੱਦਾਂ ਟੱਪ ਕੇ ਮੈਂ ਇਹਨਾਂ ਨੂੰ ਜਿੱਤ ਕੇ ਵੀ ਆਪਣੇ 'ਚ ਮਿਲਾਉਣਾ, ਪਰ ਜਨਮ ਪਦਾਰਥ ਨਹੀਂ ਜਿੱਤ ਰਿਹਾ। ਜੀਤ ਫਿਰੈ ਸਭ ਦੇਸ਼ ਦੇਸ਼ਾਨ, ਦੇਸ਼ਾਨ ਦੋ ਲਫਜ਼ ਨੇ, ਦੇਸ਼ ਆਨ ਆਨਦਰ ਅਤੇ ਹੋਰ, ਆਪਣੇ ਦੇਸ਼ ਤੋਂ ਬਿਨਾਂ ਜਿਹੜੇ ਦੂਜੇ ਦੇਸ਼ ਨੇ, ਸੱਚੀ ਮੁੱਚੀ ਬੰਦਾ ਉਹਨਾਂ ਨੂੰ ਜਿੱਤਣ ਦੀ ਅੰਦਰ ਖਵਾਹਿਸ਼ ਰੱਖਦਾ ਅਤੇ ਜਿੱਤਦਾ ਵੀ। ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ, ਜਦੋਂ ਜਿੱਤ ਕੇ ਆਉਂਦਾ, ਬਾਜਤ ਢੋਲ ਮਿਰਦੰਗ ਨਗਾਰੇ, ਉਹਦੇ ਅੱਗੇ ਫਿਰ ਢੋਲ ਵੱਜਦੇ ਆ, ਉਹਦੇ ਅੱਗੇ ਨਗਾਰੇ ਵੱਜਦੇ ਆ। ਮਹਾਰਾਜ ਕਹਿੰਦੇ ਨੇ, ਗੁੰਜਿਤ ਗੂੜ ਗਜਾਨ ਕੇ ਸੁੰਦਰ ਖਿੰਸਤ ਖੈ ਹੈ ਰਾਜ ਖਜਾਰੇ, ਨਗਾਰੇ ਵੱਜਦੇ ਨੇ, ਢੋਲ ਵੱਜਦੇ ਨੇ, ਜੋ ਕੁਝ ਜਿੱਤ ਕੇ ਲਿਆਇਆ, ਹਾਥੀ ਚੰਘਾੜਦੇ ਨੇ, ਘੋੜੇ ਖਿਣਕਦੇ ਨੇ, ਗੁੰਜਾਰਾਂ ਪੈ ਰਹੀਆਂ ਨੇ। ਮਹਾਰਾਜ ਕਹਿੰਦੇ, ਸੱਚੀ ਮੁੱਚੀ ਉਹਨੂੰ ਜੀਆਂ ਆ ਕਿਹਾ ਜਾਂਦਾ, ਉਹ ਜਿੱਤਿਆ ਹੈ। ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ, ਬਾਜਦ ਢੋਲ ਮਿਰਦੰਗ ਨਗਾਰੇ, ਗੁੰਜਿਤ ਗੂੜ ਗਜਾਨ ਕੇ ਸੁੰਦਰ ਖਿੰਸਤ ਹੈ ਰਾਜ ਗਜਾਰੇ, ਭੂਤ ਭਵਿੱਖ ਭਵਾਨ ਕੇ ਭੂਪਤ। ਮਹਾਰਾਜ ਕਹਿੰਦੇ, ਜਿਹੜੇ ਇਹੋ ਜਿਹੇ ਰਾਜੇ ਪਹਿਲਾਂ ਹੋ ਚੁੱਕੇ ਨੇ, ਜਿਹੜੇ ਅੱਜ ਵੀ ਇੱਛਾ ਰੱਖਦੇ ਨੇ ਮੈਂ ਦੁਨੀਆ ਜਿੱਤਣੀ ਹੈ, ਅਤੇ ਜਿਹੜੇ ਆਉਣ ਵਾਲੇ ਸਮੇਂ ਵਿੱਚ ਵੀ ਹੋਣਗੇ, ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ, ਪਤਾ ਨਹੀਂ ਕਿੰਨੇ ਕੁ ਆਏ ਅਤੇ ਕਿੰਨੇ ਕੁ ਚਲੇ ਗਏ। ਮਹਾਰਾਜ ਇਹ ਜੇਤੂ ਨਹੀਂ? ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਨਹੀਂ, ਕੌਣ ਗਣੈ ਨੀ ਜਾਤ ਵਿਚਾਰੇ, ਸ਼੍ਰੀਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ। ਉਸ ਪਰਮਾਤਮਾ ਨੂੰ ਜਪਣ ਤੋਂ ਬਿਨਾਂ, ਅੰਤ ਕੋ ਦਾ ਅਰਥ ਹੈ ਅੰਤ ਵੇਲੇ, ਅੰਤ ਕੇ ਦਾ ਅਰਥ ਹੈ ਜਮਦੂਤ, ਦੁਨੀਆਂ 'ਚ ਜੇਤੂ ਬਣ ਗਏ ਪਰ ਜ਼ਿੰਦਗੀ ਦੀ ਬਾਜੀ ਖਾਰ ਕੇ ਚਲੇ ਗਏ, ਅੰਤ ਕੋ ਅੰਤ ਕੇ ਧਾਮ ਸਿਧਾਰੇ, ਅਖੀਰਲੇ ਸਮੇਂ ਜਮਦੂਤ ਧਰਮ ਰਾਜ ਦੇ ਘਰ ਚਲੇ ਗਏ। ਪਿਆਰਿਓ, ਦੁਨੀਆਂ ਜਿੱਤਣ ਦੇ ਦਾਅਵੇ ਕੀਤੇ ਪਰ ਜਨਮ ਪਦਾਰਥ ਨਹੀਂ ਜਿੱਤ ਸਕੇ। ਥੋੜ੍ਹੀ ਜਿਹੀ ਇੱਕ ਬੇਨਤੀ ਹੋਰ ਸੁਣਿਓ ਮੈਂ, ਕਿਉਂਕਿ ਇੱਕੋ ਤੁਕ 'ਤੇ ਜੇ ਬੋਲ ਰਿਹਾ ਹਾਂ ਕਿ ਨਾਮ ਧਿਆਨ ਸਾਜਨਾ ਜਨਮ ਪਦਾਰਥ ਜੀਤ, ਕਿਉਂਕਿ ਸਾਨੂੰ ਗੁਰਮਤਿ ਦੀ ਵਿਆਖਿਆ ਵਿੱਚ ਅਤੇ ਇੱਛਾ ਦਾਸ ਦੀ ਇਹੀ ਹੁੰਦੀ ਹੈ। ਕਈ ਵਾਰੀ ਕਈ ਸੱਜਣ ਕਹਿ ਵੀ ਦਿੰਦੇ ਆ ਵੀ ਤੁਸੀਂ ਬਾਣੀ ਦੀ ਲਗਾਤਾਰ ਬਾਣੀ 'ਚੋਂ ਬਾਣੀ ਦੀ ਗੱਲ ਕਰਦੇ ਹੋ, ਸੱਚੀ ਸੁਣਨੂੰ ਮਿਲਦਾ ਵੀ ਸਮਝ ਨਹੀਂ ਕੁਝ ਪੈਂਦੀ। ਮੈਂ ਇੱਕ ਬੇਨਤੀ ਕਰਾਂਗਾ, ਜਦੋਂ ਗੁਰਬਾਣੀ ਪੜ੍ਹਨ ਲੱਗ ਪਿਆ ਨਾ ਗੁਰਮੁਖੋ, ਦੂਜੀ ਗੱਲ ਸੁਣਨੂੰ ਚੇਤੀ ਕੋਈ ਨਹੀਂ ਕਰਨਾ, ਕਿਉਂਕਿ ਅਭਿਆਸ ਨਾ ਹੋਣ ਕਰਕੇ ਸਾਨੂੰ ਸਮਝ ਨਹੀਂ ਪੈਂਦੀ। ਜੇ ਅਭਿਆਸ ਕਰਾਂਗੇ ਕਿਉਂ ਨਹੀਂ ਸਮਝ ਪਏਗੀ? ਮੈਂ ਅੱਜ ਵੀ ਇੱਕ ਬਹੁਤ ਸਾਡੇ ਪੁਰਾਣੇ ਬਜ਼ੁਰਗ ਹੋਏ ਆ, ਸਾਡੇ ਡਾਕਟਰ ਸਾਹਿਬ ਬੈਠੇ ਆ, ਸਾਡੇ ਦਲਜੀਤ ਸਿੰਘ ਜੀ ਖਾਲਸਾ ਕਾਲਜ ਦੇ ਪ੍ਰਿੰਸੀਪਲ ਸਾਹਿਬ ਰਹੇ, ਇਹਨਾਂ ਦੇ ਹੁੰਦਿਆਂ ਮੈਂ ਉੱਥੇ ਕਥਾ ਕਰਨ ਗਿਆ ਇੱਕ ਵਾਰ। ਵੇਖੋ, ਮੈਂ ਸੋਚ ਰਿਹਾ ਸਾਡੇ ਮੇਰੇ 'ਚ ਵੀ ਉਹ ਸੱਚੀ ਕੁਝ ਲਿਆਕਤ ਨਹੀਂ ਉਹਦੇ ਬਾਰੇ, ਬਿਲਕੁਲ ਉਂਝ ਹੈ ਹੀ ਨਹੀਂ। ਹੁਣ ਮੰਨ ਲਓ ਕੋਈ ਬੋਲ ਕੇ ਜਪਜੀ ਸਾਹਿਬ ਕਹਿ ਲਿਖੋ, ਫਿਰ ਅਰਜ਼ ਹੈ,
ਵੀ ਤੁਸੀਂ ਜਪਜੀ ਸਾਹਿਬ ਦੀਆਂ ਪੰਜ ਪੌੜੀਆਂ ਲਿਖਣੀਆਂ ਨੇ। ਮੈਂ ਤੁਹਾਨੂੰ ਸੱਚੀ ਦੱਸਾਂ, ਪੰਜ ਪੌੜੀਆਂ ਇਨ ਬਿਨ ਉਸ ਤਰ੍ਹਾਂ ਨਹੀਂ ਲਿਖੀਆਂ ਜਾਣੀਆਂ ਜਿਹੜੀਆਂ ਲਗਾਂ ਮਾਤਰਾ ਲਾ ਕੇ ਗੁਰੂ ਨੇ ਲਿਖੀਆਂ ਨੇ। ਕਿੱਥੇ ਸਿਹਾਰੀ ਲਾਈ ਹੈ, ਕਿੱਥੇ ਔਂਕੜ ਲਾਇਆ, ਵੇਖੋ ਕਿੱਥੇ ਔਂਕੜ ਸਿਹਾਰੀ ਜ਼ਿਆਦਾ ਹੈਗੀ ਹੈ ਨਾ। ਸੱਚੀ ਮੁੱਚੀ ਮੈਂ ਵੀ ਜ਼ਬਾਨੀ ਚੇਤੇ ਕਰਕੇ ਸੁਣਾ ਰਿਹਾ, ਜਿੱਥੇ ਲੋੜ ਪੈਂਦੀ ਵਿਆਖਿਆ ਦੀ ਮੈਂ ਲਗ ਮਾਤਰ ਵੇਖ ਲੈਂਦਾ। ਸੱਚੀ ਮੁੱਚੀ ਪੁਰਾਣੇ ਸਮੇਂ ਬਜ਼ੁਰਗ ਇੰਨੇ ਸਿਆਣੇ ਸਨ ਕਿ ਉਹ ਜ਼ਬਾਨੀ ਜਦੋਂ ਕੋਈ ਬੋਲਦਾ ਸੀ ਬਾਣੀ ਲਿਖ ਦਿੰਦੇ ਸਨ। ਅਤੇ ਕਮਾਲ ਦੀ ਗੱਲ, ਜਿਨ੍ਹਾਂ 'ਤੇ ਰੱਬ ਦੀ ਕਿਰਪਾ ਸੀ ਨਾ ਜੀ, ਮੈਂ ਫਿਰ ਕਹਾਂਗਾ ਅੱਜ ਦੀ ਪੰਜਾਬੀ 'ਚ, ਹੁਣ ਮੰਨ ਲਓ ਅੱਜ ਦੀ ਪੰਜਾਬੀ 'ਚ ਕੋਈ ਕਹੇ ਜੀ ਸੋਚਿਆ ਸੋਚਣਾ, ਉਹ ਵੀ ਜੇ ਸੋਚੀ ਲੱਖ ਵਾਰ, ਉਹਨੇ ਸੱਸੇ 'ਤੇ ਹੋੜਾ ਪਾ ਕੇ, ਚੱਚੇ 'ਤੇ ਦੁਲਾਵਾਂ ਪਾ ਕੇ ਤਾਂ ਸੋਚਿਆ ਲਿਖ ਦੇਣਾ, ਅੱਗੇ ਸੋਚਦੇ ਚੱਚੇ ਨੂੰ ਸਿਹਾਰੀ ਨਹੀਂ ਉਹਨੇ ਪਾਣੀ, ਪਰ ਉੱਥੇ ਲੱਗੀ ਕੋਈ। ਗੁਰਬਾਣੀ ਦਾ ਖਜ਼ਾਨਾ ਪਿਆਰਿਓ ਅਸਗਾਹ ਹੈ। ਮੈਂ ਫਿਰ ਵੀ ਅਰਜ਼ ਕਰਾਂਗਾ, ਭਾਵੇਂ ਮੈਂ ਗੁਰਬਾਣੀ ਵਿੱਚੋਂ ਅਰਜ਼ ਕਰਨਾ, ਹਾਲਾਂਕਿ ਸਾਖੀ ਕਹਾਣੀ ਗਾਥਾ ਮੈਂ ਕਰਨਾ ਵਾਂ, ਇਹ ਸੱਚੀ ਮੁੱਚੀ ਇਹ ਬੜੀ ਸੌਖੀ ਹੈ, ਕਿਉਂਕਿ ਹਿਸਟਰੀ 'ਚ ਲਿਖਿਆ ਪੜ੍ਹ ਕੇ ਸੁਣਾ ਦੇਣਾ ਆਪਾਂ। ਇਹ ਸਤਿਗੁਰੂ ਬਾਣੀ ਦੇ ਵਿੱਚ ਆਪਾਂ ਟੁੱਬੀ ਮਾਰੀਏ ਪਿਆਰਿਓ। ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ, ਸਮੁੰਦਰ ਤਾਂ ਬਹੁਤ ਡੂੰਘਾ ਹੈ, ਪਰ ਸਾਰੇ ਸਮੁੰਦਰ ਦੇ ਵਿੱਚ ਟੁੱਬੀ ਮਾਰਨ ਵਾਲੇ ਥੋੜ੍ਹਾ ਜਾਂਦੇ ਆ। ਤੁਸੀਂ ਦੇਖੋ ਆ ਬੀਚ ਨੇ ਨੇੜੇ, ਇਹਨੂੰ ਨੈਗੇਟਿਵ ਨਾਲ ਜਾਇਓ। ਕੋਈ ਬੰਦਾ ਧੁੱਪ ਸੇਕਣ ਜਾ ਰਿਹਾ, ਕੋਈ ਬੰਦਾ ਲਹਿਰਾਂ ਉੱਤੇ ਤਰਨ ਜਾ ਰਿਹਾ, ਕੋਈ ਬੰਦਾ ਮੇਰੇ ਵਰਗਾ ਕਹਿੰਦਾ ਚਲੋ ਸੈਰ ਹੀ ਕਰ ਲਈਏ। ਅਤੇ ਪਿਆਰਿਓ, ਸਾਰੇ ਇੱਕੋ ਜਿਹੇ ਸਮੁੰਦਰ ਕੋਲ ਨਹੀਂ ਜਾ ਰਹੇ, ਕੋਈ ਸੈਰ ਕਰਨ ਜਾ ਰਿਹਾ, ਕੋਈ ਤਰਨ ਜਾ ਰਿਹਾ, ਕੋਈ ਪਿਕਨਿਕ ਮਨਾਉਣ ਜਾ ਰਿਹਾ, ਕੋਈ ਵਾਲੀਬਾਲ ਹੀ ਖੇਡੀ ਜਾਂਦਾ, ਕੋਈ ਨਿਆਣਿਆਂ ਨਾਲ ਉੱਥੇ ਰੇਤ 'ਚ ਖੇਡੀ ਜਾਂਦਾ, ਪਰ ਕੋਈ ਅਭਿਆਸੀ ਇਹੋ ਜਿਹਾ ਹੁੰਦਾ, ਉਹ ਕਹਿੰਦਾ ਮੈਂ ਕਿਨਾਰੇ 'ਤੇ ਨਹੀਂ ਖਲੋਣਾ, ਉਹ ਤੁਰ ਅੰਦਰ ਡੁੱਬ ਜਾਂਦਾ। ਕਈ ਦਿਨ ਸਮੁੰਦਰ ਵਿੱਚ ਟੁੱਬੀਆਂ ਮਾਰ ਮਾਰ ਕੇ ਅੰਦਰੋਂ ਕੀਮਤੀ ਮੋਤੀ ਕੱਢ ਕੇ ਬਾਹਰ ਲੈ ਆਉਂਦਾ। ਸੱਚੀ ਮੁੱਚੀ ਇਹ ਕੁਝ ਹੈ, ਜੈਸੇ ਤੋਂ ਸਕਲ ਨਿਧ ਪੂਰਨ ਸਮੁੰਦਰ ਵਿਖੇ, ਹੰਸ ਮਰਜੀਵਾ ਨਿਸ਼ਚੈ ਪ੍ਰਸਾਦ ਪਾਵਹਿ। ਗੁਰੂ ਗ੍ਰੰਥ ਸਾਹਿਬ ਸਮੁੰਦਰ ਨੇ ਪਿਆਰਿਓ, ਹਰ ਬੰਦਾ ਆਪਣੇ ਆਪਣੇ ਤਰੀਕੇ ਨਾਲ ਇਹਦੇ ਕੋਲ ਜਾ ਰਿਹਾ। ਇਸ ਨੂੰ ਫਿਰ ਸੁਣਿਓ, ਮੈਂ ਥੋੜ੍ਹਾ ਜਿਹਾ ਵਿਸ਼ੇ ਤੋਂ ਦੂਰ ਗਿਆ। ਕੋਈ ਬੰਦਾ ਜਾ ਰਿਹਾ ਵੀ ਮੇਰੀ ਰੋਟੀ ਦਾ ਸਾਧਨ ਬਣ ਜਾਏਗਾ, ਚਲੋ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਲਈਏ। ਕੋਈ ਬੰਦਾ ਇਸ ਕਰਕੇ ਜਾ ਰਿਹਾ ਮੈਂ ਕਥਾ ਵਿਚਾਰ ਕਰਨੀ ਖੈ। ਕੋਈ ਬੰਦਾ ਕਹਿੰਦਾ ਗੁਰਦੁਆਰੇ ਮਹਾਰਾਜ ਜੀ ਦਾ ਪਾਠ ਸੁਣੀਏ, ਮੇਰਾ ਆਹ ਕੰਮ ਅੜ ਗਿਆ ਇਹ ਕਰਨਾ। ਸਾਰੇ ਆਪੋ ਆਪਣੀ ਸੁਰਤ ਦੀ ਮੰਜ਼ਿਲ ਲੈ ਕੇ ਆਉਂਦੇ ਆ, ਮੇਰੀ ਮੰਜ਼ਿਲ ਇਹ ਹੈ। ਪਰ ਕੋਈ ਰੱਬ ਦਾ ਪਿਆਰਾ ਹੁੰਦਾ ਹੈ ਜਿਹੜਾ ਕਹਿੰਦਾ ਮੈਂ ਅਸਲ 'ਚ ਸ਼ਬਦ 'ਚ ਡੁੱਬ ਕੇ ਉਹ ਕੀਮਤੀ ਖਜ਼ਾਨਾ ਲੈਣਾ ਚਾਹੁੰਦਾ ਜਿਹੜਾ ਗੁਰੂ ਸਾਨੂੰ ਸ਼ਬਦ ਵੀ ਦੇ ਕੇ ਗਿਆ ਹੈ। ਮੇਰੀ ਫਿਰ ਬੇਨਤੀ ਹੈ, ਨਾਮ ਧਿਆਨ ਸਾਜਨਾ ਜਨਮ ਪਦਾਰਥ ਜੀਤ, ਜਿਨ੍ਹਾਂ ਨਾਮ ਜਪਿਆ ਉਹ ਜ਼ਿੰਦਗੀ ਦੀ ਬਾਜ਼ੀ ਜਿੱਤ ਕੇ ਗਏ। ਇੱਕ ਬਚਨ ਸਿਰ ਭਾਈ ਗੁਰਦਾਸ ਸਾਹਿਬ ਦਾ ਦਾਸ ਨੇ ਕਹਿਣਾ, ਵੇਖੋ ਪੁਰਾਣੇ ਸਮੇਂ ਸੀ ਸਾਡੀ ਇੱਕ ਰੀਤ, ਅਤੇ ਅੱਜ ਜਦੋਂ ਅਸੀਂ ਵਿਆਖਿਆ ਕਰਦੇ ਹਾਂ ਨਾ ਜੀ ਉਹਨਾਂ ਸ਼ਬਦਾਂ ਦੀ, ਪਹਿਲੀ ਗੱਲ ਤਾਂ ਨਿਆਣਾ ਕੋਈ ਆਉਂਦਾ ਹੀ ਕੋਈ ਨਹੀਂ। ਜੇ ਅਸੀਂ ਕਹੀਏ ਨਾ ਜੀ ਚਲੋ ਇਹ ਪੰਜਾਬੀ ਨਹੀਂ ਸਮਝ ਪੈਂਦੀ, ਤੁਸੀਂ ਅੰਗਰੇਜ਼ੀ ਵਾਲਾ ਲਿਓ, ਖਿਮਾ ਕਰ ਦਿਓ, ਆਉਣਾ ਫਿਰ ਵੀ ਨਹੀਂ। ਆਉਂਦੇ ਉਹੀ ਨੇ ਜੇ ਸੀਨੇ ਵਿੱਚ ਖਿੱਚ ਜਾਂ ਮੁਹੱਬਤ ਹੋਵੇਗੀ। ਇਹ ਸੱਚ ਹੈ ਕਿ ਪੁਰਾਣੇ ਸਮੇਂ ਸਤਿਕਾਰ ਕਿਵੇਂ, ਜਿੱਤਣਾ ਕਿਵੇਂ। ਧੀ ਨੂੰ ਵਿਆਹ ਤੋਂ ਪਹਿਲਾਂ, ਮੈਂ ਫਿਰ ਸ਼ਬਦ ਕਹਿ ਰਿਹਾ ਪੁਰਾਣੇ ਸਮੇਂ, ਅੱਜ ਕਿਉਂਕਿ ਪੜ੍ਹਾਈ ਦਾ ਸਾਰਾ ਸਿਸਟਮ ਚੇਂਜ ਹੋ ਚੁੱਕਾ। ਪੁਰਾਣੇ ਸਮੇਂ ਜੋ ਉਦਾਹਰਨ ਹੈ, ਉਸ ਵਕਤ ਧੀ ਨੂੰ ਵਿਆਹਣ ਤੋਂ ਪਹਿਲਾਂ ਇੱਕ ਤਾਂ ਚੌਂਕਾ ਚੁੱਲ੍ਹਾ ਸਾਹਮਣਾ ਸਮਝਾਇਆ ਜਾਂਦਾ ਸੀ, ਸਮਝਦੇ ਚੌਂਕਾ ਚੁੱਲ੍ਹਾ,
ਪੁੱਤਰ ਤੂੰ ਰੋਟੀ ਕਿਵੇਂ ਪਕਾਉਣੀ ਹੈ, ਸਬਜ਼ੀ ਕਿਵੇਂ ਬਣਾਉਣੀ ਹੈ, ਆਹ ਚੀਜ਼ ਕਿਵੇਂ ਬਣਾਉਣੀ ਹੈ, ਅਤੇ ਉਹ ਕਲਾਸ ਕੋਈ ਨਹੀਂ ਸੀ ਲੱਗਦੀ ਪਿਆਰਿਓ, ਮਾਂ ਹੀ ਐਡੀ ਵੱਡੀ ਟੀਚਰ ਸੀ, ਉਹ ਮਾਂ ਹੀ ਚੌਂਕੇ 'ਚ ਧੀ ਨੂੰ ਸਭ ਕੁਝ ਸਮਝਾ ਦਿੰਦੀ ਸੀ ਵੀ ਤੂੰ ਤੂੰ ਕਿਵੇਂ ਰੋਟੀ ਪਾਣੀ ਕਰਨਾ ਹੈ। ਉਸ ਤੋਂ ਬਾਅਦ ਫਿਰ ਮਾਂ ਅਗਲਾ ਕੰਮ ਕਰਦੀ ਸੀ ਕਿ ਤੈਨੂੰ ਕੱਪੜੇ ਕੱਢਣੇ ਆਉਂਦੇ ਨੇ, ਚਾਦਰਾਂ ਬੀਬੀਆਂ ਕੱਢਦੀਆਂ ਸਨ, ਸੱਚੀ ਗੱਲ ਆਪਣੀਆਂ ਫੁਲਕਾਰੀਆਂ ਕੱਢਦੀਆਂ ਸਨ, ਆਪਣੇ ਹੱਥਾਂ ਨਾਲ ਤਾਣੇ ਤਣ ਕੇ ਖੱਡੀ ਲਾ ਕੇ ਦਰੀਆਂ ਬੁਣਦੀਆਂ ਸਨ, ਖੇਸ 'ਤੇ ਚਾਦਰਾਂ ਬੁਣਦੀਆਂ ਸਨ। ਅਤੇ ਫਿਰ ਅਗਲੀ ਗੱਲ, ਮਾਂ ਜਦੋਂ ਵਿਆਹ ਨੇੜੇ ਆਉਂਦਾ ਸੀ ਕਹਿੰਦੀ ਸੀ ਮੇਰੀ ਧੀਏ ਤੂੰ ਚੱਲੀ ਖੈਂ, ਆਹ ਕੋਈ ਸਹੁਰੇ ਘਰ ਹੋਣਾ, ਪਰ ਇਹਨੂੰ ਇਸ ਪਾਸੇ ਨਾ ਲੈ ਜਾਓ ਵੀ ਔਰਤ ਨੂੰ ਨੀਵਾਂ ਦਿਖਾਉਣ ਲਈ, ਵੀ ਤੇਰੇ ਕੁਝ ਫਰਜ਼ ਨੇ, ਉਸ ਤੋਂ ਬਾਅਦ ਤੇਰਾ ਘਰ ਹੋਵੇ, ਆਹ ਗੁਣ ਤੂੰ ਵੱਡਿਆਂ ਦਾ ਸਤਿਕਾਰ ਕਿਵੇਂ ਕਰਨਾ ਹੈ, ਰੋਟੀ ਪਾਣੀ ਤੋਂ ਤੇਰੇ ਘਰ ਕੋਲੋਂ ਕੋਈ ਖਾਲੀ ਨਾ ਜਾਏ। ਭਾਈ ਸਾਹਿਬ ਕਹਿੰਦੇ ਉਹ ਪਿਆਰਿਓ, ਮਾਪਿਆਂ ਦੇ ਘਰ 'ਚ ਧੀ ਲਾਡਾਂ ਵਾਲੀ ਹੈ, ਸਹੁਰੇ ਦੇ ਘਰ ਵਿੱਚ ਕੀ ਕੀਮਤ ਪੈਂਦੀ ਹੈ? ਗੁਣਾਂ ਦੇ ਕਰਕੇ, ਕਿਉਂਕਿ ਅੱਜ ਕੱਲ੍ਹ ਤਾਂ ਪੈਸੇ ਕਰਕੇ ਜ਼ਿਆਦਾ ਪੈਂਦੀ ਹੈ। ਵਾਹਿਗੁਰੂ ਸੱਚੀ ਲਓ, ਜਿਹੜੀ ਟੌਪ ਦੀ ਕਾਰ ਲੈ, ਮੈਂ ਉੱਥੋਂ ਦੀ ਗੱਲ ਕਰ ਰਿਹਾ, ਗੱਡੀ ਆ ਗਈ, ਕੋਈ ਕਰੋੜ ਰੁਪਈਆ ਰੋਟੀ 'ਤੇ ਲਾ ਤਾ, ਅਤੇ ਚਾਹ ਬਣਾਉਣ ਦੀ ਅਕਲ ਵੀ ਨਾ ਹੋਵੇ, ਕਹਿੰਦੇ ਬਸ ਠੀਕ ਹੀ ਠੀਕ ਹੈ ਜੀ। ਉਹ ਪੁਰਾਣੇ ਸਮੇਂ ਦੀ ਗੱਲ ਹੈ, ਇਹ ਬੜਾ ਵੱਡੀ ਗੱਲ ਸੀ। ਇੱਥੋਂ ਤੱਕ ਮੈਂ ਜੀ ਗੁਰੂ ਹਰਗੋਬਿੰਦ ਸਾਹਿਬ ਦੀ ਇੱਕੋ ਬੇਟੀ ਬੀਬੀ ਵੀਰੋ ਜੀ, ਬੀਬੀ ਜੀ ਦਾ ਵਿਆਹ ਝਬਾਲ ਹੋਇਆ ਸੀ, ਇਹ ਅੰਮ੍ਰਿਤਸਰ ਦੇ ਨੇੜੇ ਜੀ ਝਬਾਲ, ਅਤੇ ਜਿਸ ਵਕਤ ਹਜ਼ੂਰ ਡੋਲੀ 'ਚ ਬਿਠਾਉਣ ਲੱਗੇ ਨਾ ਬੇਟੀ ਨੂੰ, ਉਹ ਤੁਹਾਨੂੰ ਪਤਾ ਵੀ ਪਿਤਾ ਨੂੰ ਧੀ ਮਿਲਦੀ, ਅਤੇ ਗੁਰੂ ਹਰਗੋਬਿੰਦ ਸਾਹਿਬ ਨੇ, ਮੈਂ ਅੱਜ ਮੇਰੀ ਇੱਛਾ, ਮੈਂ ਗੁਰੂ ਹਰਗੋਬਿੰਦ ਸਾਹਿਬ ਦਾ ਕਾਫੀ ਜ਼ਿਕਰ ਕਰਨਾ ਚਾਹੁੰਦਾ, ਨਾਮ ਧਿਆਨ ਸਾਜਣਾ। ਜਦੋਂ ਤੋਰਨ ਲੱਗੇ ਤਾਂ ਬੀਬੀ ਵੀਰੋ ਜੀ ਪਿਤਾ ਜੀ ਨੂੰ ਗੱਲ ਲੱਗ ਕੇ ਮਿਲੀ, ਅਤੇ ਮਹਾਰਾਜ ਨੇ ਸਿਰ 'ਤੇ ਹੱਥ ਰੱਖ ਕੇ ਸ਼ਬਦ ਕਹੇ, ਅਸੀਸ ਦਿੱਤੀ। ਉਦੋਂ ਬਾਅਦ ਮਾਂ ਨੂੰ ਮਿਲੀ, ਮਾਤਾ ਦਮੋਦਰੀ ਜੀ ਨੂੰ, ਅਤੇ ਮਾਤਾ ਜੀ ਨੇ ਪਤਾ ਕੀ ਕਿਹਾ, ਕਹਿਣ ਲੱਗੇ, ਸੁਣ ਬੀਬੀ ਮੈਂ ਤੁਝੇ ਸੁਣਾਉਂ, ਪਤ ਕੀ ਮਹਿਮਾ ਕਹਿਤਾ ਗਾਉਂ, ਪਤ ਸੇਵਕ ਕੀ ਸੇਵਾ ਸਫਲੀ, ਪਤ ਬਿਨ ਅਵਰ ਕਰੇ ਸਭ ਨਿਫਲੀ। ਫਿਰ ਸੁਣ, ਗੁਰੂ ਹਰਗੋਬਿੰਦ ਸਾਹਿਬ ਉਪਦੇਸ਼ ਦੇ ਰਹੇ ਆ, ਇਹ ਪਹਿਲੀਆਂ ਤੁਕਾਂ ਸਤਿਗੁਰਾਂ ਦੀਆਂ ਨੇ। ਸੁਣ ਬੀਬੀ, ਇਹ ਧੀ ਨੂੰ ਬੀਬੀ ਵੀ ਕਹਿੰਦੇ ਹੁੰਦੇ ਸਨ ਪੰਜਾਬ ਵਿੱਚ। ਸੁਣ ਬੀਬੀ ਮੈਂ ਤੁਝੇ ਸੁਣਾਉਂ, ਪਤ ਕੀ ਮਹਿਮਾ ਕਹਿਤਾ ਗਾਉਂ, ਪਤ ਸੇਵਕ ਕੀ ਸੇਵਾ ਸਫਲੀ, ਪਤ ਬਿਨ ਅਵਰ ਕਰੇ ਸਭ ਨਿਫਲੀ। ਹੁਣ ਅੱਗੇ ਕਹਿੰਦੇ, ਗੁਰਜਨ ਕੀ ਬਹੁ ਇੱਜ਼ਤ ਕਰਨੀ। ਸੁਣਿਓ, ਇੱਥੇ ਗੁਰਜਨ ਦਾ ਅਰਥ ਗੁਰੂ ਨਹੀਂ, ਗੁਰਜਨ ਦਾ ਅਰਥ ਵੱਡੇ ਨੇ ਜਿਹੜੇ ਘਰ 'ਚ, ਤੇਰੇ ਸਹੁਰੇ ਘਰ 'ਚ ਜਿਹੜੇ ਤੇਰੇ ਪਤੀ ਦੇ ਪਿਤਾ ਨੇ ਜਾਂ ਉਹਦਾ ਦਾਦਾ ਹੈ, ਉਸ ਦਾਦੇ ਦੇ ਤੇਰੇ ਸਹੁਰੇ ਦੇ ਜਿਹੜੇ ਭਰਾ ਨੇ, ਇਹ ਗੱਲ ਧੀਏ ਚੇਤੇ ਰੱਖੀ, ਉਹਨਾਂ ਬਜ਼ੁਰਗਾਂ ਦੀ ਇੱਜ਼ਤ ਜ਼ਰੂਰ ਕਰੀ। ਕਿੱਡੀ ਵੱਡੀ ਸਿੱਖਿਆ ਜੀ ਮਹਾਰਾਜ ਦੀ, ਵੇ ਗੁਰਜਨ ਕੀ ਇੱਜ਼ਤ ਬਹੁ ਕਰਨੀ, ਸਾਸ ਸੇਵ ਰਿਦਮਾਏ ਸੋ ਧਰਨੀ, ਕੁਲ ਕੀ ਬਤ ਚਿੱਤ ਮੈਂ ਧਰਨੀ, ਖੋਟੀ ਸੰਗਤ ਕਬੂ ਨਾ ਕਰਨੀ। ਇਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਕਹਿ ਰਹੇ, ਮਾਤਾ ਦਮੋਦਰੀ ਪਤਾ ਹੀ ਕਹਿ ਰਹੇ ਨੇ। ਸੁਣ ਪੁੱਤਰੀ ਪ੍ਰਾਨਨ ਤੇ ਪਿਆਰੀ, ਇਸ ਤੇ ਬੈਸ ਬਿਤੈ ਸੁਕਾਰੀ, ਕੀ ਕੰਮ ਪ੍ਰਭਾਤ ਉੱਠ ਕਰ ਮੱਜਨ ਕਰੀਓ, ਗੁਰਬਾਣੀ ਕੋ ਮੁਖ ਤੇ ਰਰੀਓ, ਧੀਏ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਸਤਿਗੁਰਾਂ ਦੀ ਬਾਣੀ ਦਾ ਨਿਤਨੇਮ ਜ਼ਰੂਰ ਕਰੀ। ਮੈਂ ਇੱਕ ਬੇਨਤੀ ਕਰਾਂ, ਕਿਹੜਾ ਜੀ ਅੱਜ ਦੱਸਦਾ ਪਿਆ, ਲੋਕ ਤਾਂ ਆਪ ਨਹੀਂ ਨਿਤਨੇਮ ਕਰਦੇ। ਮੈਂ ਪਿਛਲੇ ਦਿਨ ਕਿਹਾ, ਲੋਕ ਧਰਮ ਨੂੰ ਮਰਨ ਲਈ, ਧਰਮ ਲਈ ਮਰਨ ਨੂੰ ਤਿਆਰ ਨੇ, ਧਰਮ ਕਮਾਉਣ ਨੂੰ ਤਿਆਰ ਕੋਈ ਨਹੀਂ। ਫੂਕ ਦਿਆਂਗੇ, ਉਡਾ ਦਿਆਂਗੇ, ਪੁੱਛੋ ਕੋਈ ਨਾ, 70 ਵਿਛਾ ਦਿਆਂਗਾ, ਉਹ 'ਚ ਮਿਲਦਾ ਨਾ ਅੱਜ ਕੱਲ੍ਹ। ਅਸੀਂ ਆਹ ਕਰਦੇ ਹਾਂ, ਕੋ ਗੁਰਮੁਖੋ
ਸਰੀਰ ਨੂੰ ਮਾਰਨ ਤੋਂ ਪਹਿਲਾਂ ਸ਼ਬਦ ਵਿੱਚ ਮਨ ਨੂੰ ਮਾਰ ਲਈਏ ਜੇ ਧਰਮ ਕਮਾਉਣਾ ਹੈ ਤਾਂ। ਮਹਾਰਾਜ ਨੇ ਕਿਹਾ ਇਸ ਤਰ੍ਹਾਂ ਉਮਰ ਬੀਤੇਗੀ। ਫਿਰ ਅਰਜ ਹੈ ਧੀ ਲਾਡਲੀ ਕਰਕੇ ਜਾਣੀ ਜਾਂਦੀ ਹੈ, ਪਰ ਜਦੋਂ ਵਿਆਹ ਕੇ ਸਹੁਰੇ ਘਰ ਜਾਂਦੀ ਉਦੋਂ ਗੁਣਾ ਕਰਕੇ ਕੀਮਤ ਪੈਂਦੀ ਹੈ। ਦੂਸਰੀ ਬੇਨਤੀ, ਬਿਜਨਸ ਕਰਨ ਵਪਾਰ ਕਰਨ ਸਾਰੇ ਜਾਂਦੇ ਨੇ, ਜਿਹੜੇ ਪਿਤਾ ਦੀ ਦਿੱਤੀ ਹੋਈ ਪੂੰਜੀ ਨੂੰ ਕੁਝ ਮੁਨਾਫਾ ਲਾਭ ਖੱਟ ਕੇ ਆਉਂਦੇ ਨੇ ਸਪੁੱਤਰ, ਉਹਨਾਂ ਨੂੰ ਕਿਹਾ ਜਾਂਦਾ ਜੰਗ ਵਿੱਚ ਸਾਰੇ ਉਤਰਦੇ ਆ, ਪਰ ਜਿਹੜੇ ਜਿੱਤ ਕੇ ਆਉਂਦੇ ਨੇ ਬਹਾਦਰ ਉਹੀ ਨੇ। ਸਰੀਰ ਤਾਂ ਸਭ ਨੂੰ ਮਿਲਿਆ ਪਿਆਰਿਓ, ਜਿੱਤ ਕੇ ਉਹ ਜਾਂਦੇ ਨੇ ਜਿਹੜੇ ਗੁਰੂ ਦੇ ਸ਼ਬਦ ਅਤੇ ਸੰਗਤ ਨਾਲ ਜੁੜੇ ਹੋਏ ਆ। ਮਹਾਰਾਜ ਜੀ ਨੇ ਫਰਮਾਇਆ, ਭਾਈ ਸਾਹਿਬ ਨੇ ਗੁਰਦਾਸ ਸਾਹਿਬ, ਨਹਿਰ ਕੁਵਾਰ ਕੰਨਿਆ ਲਾਡਲੀ ਕੈ ਮਾਨੀਅਤ। ਮੈਂ ਆਖਰੀ ਅਰਥ ਨਹੀਂ ਕਰਾਂਗਾ, ਮੈਂ ਸਿੱਧੇ ਜਿਹੇ ਅਰਥ ਕਰ ਦਿੱਤੇ ਆ। ਨਹਿਰ ਦਾ ਲਫਜ਼ੀ ਅਰਥ ਹੁੰਦਾ ਪੇਕਾਂ ਘਰ, ਪੇਕਾ ਘਰ ਕਹਿੰਦੇ ਹਾਂ ਨਾ ਪਿਓ, ਵੈਸੇ ਪਿਓਕੇ ਪਿਤਾ ਦਾ ਘਰ। ਨਹਿਰ ਕੁਵਾਰ ਕੰਨਿਆ ਲਾਡਲੀ ਕੈ ਮਾਨੀਅਤ, ਵਿਆਹੇ ਸੁਸਰਾਰ ਜੈ ਗੁਣਨ ਕੈ ਮਾਨੀਏ। ਬੰਜ ਬਿਹਾਰ ਲੱਗ ਜਾਤ ਹੈ ਵਿਦੇਸ਼ ਪ੍ਰਾਣੀ, ਕਈ ਹੈ ਸਪੂਤ ਲਾਭ ਲਭਤ ਕੈ ਆਨੀਏ। ਜੈਸੇ ਤੋ ਸੰਗਰਾਮ ਸਮੇਂ ਪਰ ਧਰਮ ਹੈ ਅਕੇਲੋ ਜਾਏ, ਜੀਤ ਆਵੇ ਸੋਈ ਸੂਰ ਸੋ ਭੱਟ ਵਿਖਾਨੀਏ। ਮਾਨਸ ਜਨਮ ਪਾਏ ਚਰਨ ਸ਼ਰਨ ਗੁਰ, ਸਾਧ ਸੰਗਤ ਮਿਲ ਗੁਰਦੁਆਰ ਪਹਿਚਾਨੀਏ। ਸਰੀਰ ਮਿਲ ਗਿਆ ਪਿਆਰਿਓ, ਸਰੀਰ ਨੂੰ ਗੁਰੂ ਕੀ ਬਾਣੀ ਮਿਲ ਜਾਏ, ਸੰਗਤ ਮਿਲ ਜਾਏ। ਸੰਗਤ ਤੋਂ ਬਿਨਾਂ ਜਨਮ ਨਹੀਂ ਜਿੱਤਿਆ ਜਾਂਦਾ। ਇੱਕ ਦੋ ਹੁਣ ਮੈਂ ਇਤਿਹਾਸ ਵਿੱਚੋਂ ਤਿੰਨ ਕੁ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦੀਆਂ। ਮੈਨੂੰ ਪਤਾ ਸਾਖੀ ਕੀਤਿਆਂ ਸਮਝ ਚੇਤੀ ਪੈ ਜਾਂਦੀ ਹੈ। ਅਸੀਂ ਧੰਨ ਗੁਰੂ ਅਮਰਦਾਸ ਜੀ ਦੀ ਬਾਣੀ ਪੜ੍ਹਦੇ ਹਾਂ ਜੀ, 17 ਰਾਗਾਂ 'ਚ ਹਜ਼ੂਰ ਦੀ ਬਚਨ। ਅਤੇ ਮੇਰਾ ਖਿਆਲ ਗੁਰੂ ਜੋਤ ਵਿੱਚੋਂ ਸਰੀਰਕ ਤੌਰ 'ਤੇ ਸਭ ਤੋਂ ਜ਼ਿਆਦਾ ਸਮਾਂ ਜਿਹੜਾ ਇਸ ਮ੍ਰਿਤ ਮੰਡਲ ਵਿੱਚ ਦੇਹ ਰੂਪ 'ਚ ਜੀ ਕੇ ਗਏ ਜਾਂ ਵਿਚਰੇ, ਉਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ, ਕਿਉਂਕਿ 94 ਸਾਲ ਦੇ ਕਰੀਬ ਆਰਬਲ ਆ। ਜਦੋਂ ਮਹਾਰਾਜ ਜਾਣ ਲੱਗੇ ਜੀ ਸਤਿਗੁਰੂ, ਅਤੇ ਮਹਾਰਾਜ ਜੀ ਨੇ ਜਿਹੜੇ ਬਚਨ ਕਹੇ, ਇੱਕ ਤਾਂ ਇਤਿਹਾਸ ਵਿੱਚ ਨੇ, ਜਿਹੜੇ ਵਿਦਵਾਨਾਂ ਨੇ ਵਾਰਤਕ ਲਿਖੇ, ਪੋਇਟਰੀ 'ਚ ਲਿਖੇ ਪਿਆਰਿਓ, ਇੱਕ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ 'ਚ ਬਚਨ। ਜਦੋਂ ਮਹਾਰਾਜ ਗੁਰੂ ਅਮਰਦਾਸ ਜਾਣ ਲੱਗੇ ਅਤੇ ਉਸ ਵਕਤ ਹਜ਼ੂਰ ਨੇ ਕੀ ਕੀਤਾ, ਆਪਣੇ ਪੁੱਤਰ, ਆਪਣੇ ਪੋਤੇ, ਆਪਣੇ ਦੋਤੇ, ਆਪਣੇ ਭਰਾ, ਸਾਰੀ ਸੰਗਤ ਇਕੱਠੀ ਕਰ ਲਈ, ਸਾਰੀ ਸੰਗਤਾਂ ਇਕੱਠੀਆਂ ਹੋ ਗਈਆਂ। ਅਤੇ ਮਹਾਰਾਜ ਜੀ ਨੇ ਕਹਿ ਦਿੱਤਾ ਵੀ ਅਸੀਂ ਗੁਰਗੱਦੀ ਪਹਿਲਾਂ ਦੇ ਦਿੱਤੀ, ਵੀ ਅਸੀਂ ਇਹ ਗੁਰੂ ਰਾਮਦਾਸ ਸਾਡੀ ਜਗ੍ਹਾ 'ਤੇ ਹੋਣਗੇ। ਪਿਆਰਿਓ ਜਿਹੜੇ ਸ਼ਬਦ ਕਹੇ ਉਹਨੂੰ ਸੁਣਿਓ, ਜਿੱਤਿਆਂ ਹੋਇਆਂ ਨੂੰ ਕਦੀ ਰੋਈਦਾ ਨਹੀਂ, ਰੋਂਦੇ ਉਹਨਾਂ ਨੂੰ ਜਿਹੜੇ ਹਾਰ ਜਾਂਦੇ ਹੁੰਦੇ ਆ। ਫਿਰ ਅਰਜਿਆ ਮੈਂ ਸਿਰਫ ਅੱਧੀ ਤੋਂ ਇੱਕੋ ਤੁਕ ਲਈ ਅਜੇ ਤੱਕ, ਨਾਮ ਧਿਆਨ ਸਾਜਨਾ ਜਨਮ ਪਦਾਰਥ ਜੀਤ। ਮਹਾਰਾਜ ਜੀ ਨੇ ਉਸ ਵਕਤ ਕਿਹਾ ਸੀ, ਪਿਆਨਾ ਕਰ ਲੱਗੇ ਹਾਂ, ਬੈਰਾਗ ਵਿੱਚ ਕਈ ਸੱਜਣ ਆਏ, ਧੰਨ ਗੁਰੂ ਅਮਰਦਾਸ ਕਹਿੰਦੇ ਆ ਭਾਈ ਤੁਸੀਂ ਨੇਤਰ ਕਿਉਂ ਭਰੇ ਆ? ਕਹਿਣ ਲੱਗੇ ਸਤਿਗੁਰੂ ਇਸ ਸਰੀਰ ਵਿੱਚ ਆਪ ਜੀ ਵਿਚਰੇ, ਇੰਨੀਆਂ ਬਖਸ਼ਾਂ ਕੀਤੀਆਂ, ਅੱਜ ਇਸ ਸਰੀਰ 'ਚੋਂ ਆਪ ਜੀ ਪਿਆਨਾ ਕਰਨ ਲੱਗੇ ਹੋ ਜਾਂ ਜੋਤੀ ਜੋਤ ਸਮਾਉਣ ਲੱਗੇ ਸੀ ਕਹਿੰਦੇ ਹਾਂ। ਮਹਾਰਾਜ ਜੀ ਨੇ ਕਿਹਾ ਫਿਰ ਇਹ ਗੱਲ ਚੇਤੇ ਰੱਖਿਓ, ਜੇ ਤਾਂ ਤੁਸੀਂ ਮੈਨੂੰ ਕਰਦੇ ਹੋ ਪਿਆਰ ਮੁਹੱਬਤ, ਫਿਰ ਮੇਰੇ ਪਿੱਛੋਂ ਰੋਣਾ ਨਹੀਂ। ਕਿਉਂ ਜੀ? ਸਤਿਗੁਰੂ ਦੇਖੋ ਉਦਾਹਰਨ ਕੀ ਦਿੰਦੇ ਆ, ਕਹਿੰਦੇ ਨੇ ਦੋ ਮਿੱਤਰ ਨੇ, ਇੱਕ ਦੂਜੇ ਨੂੰ ਜਾਨੋਂ ਪਿਆਰ ਕਰਦੇ ਨੇ, ਇੱਕ ਦੂਜੇ ਨੂੰ ਇੰਨੀ ਮੁਹੱਬਤ ਕਰਦੇ ਨੇ ਦਿਲੋਂ। ਕਹਿਣ ਲੱਗੇ ਜੇ ਦੋ ਮਿੱਤਰਾਂ ਵਿੱਚੋਂ, ਇਹ ਬਾਣੀ ਦਾ ਅਰਥ ਮੈਂ ਕਰਨ ਲੱਗਾ, ਦੋ ਮਿੱਤਰਾਂ ਵਿੱਚੋਂ ਇੱਕ ਮਿੱਤਰ ਨੂੰ ਕਿਤੇ ਸਨਮਾਨ ਮਿਲੇ, ਅੱਜ ਦੀ ਸ਼ਬਦਾਵਲੀ ਕਹੋ ਵੀ ਕਿਤੇ ਡਿਗਰੀ ਮਿਲੇ,
ਜਾਂ ਮੰਨ ਲਓ ਰਾਜ ਦਰਬਾਰ ਵਿੱਚ ਉਹਨੂੰ ਕੋਈ ਉੱਚੀ ਪਦਵੀ ਮਿਲੇ, ਜਿਹੜਾ ਮਿੱਤਰ ਪਿਆਰ ਕਰਦਾ ਉਹਦੀ ਪਦਵੀ ਨੂੰ ਵੇਖ ਕੇ ਰੋਵੇਗਾ ਕਿ ਪ੍ਰਸੰਨ ਹੋਵੇਗਾ? ਕਹਿਣ ਲੱਗੇ ਜਿਹੜਾ ਇਹ ਪਿਆਰ ਕਰੇਗਾ ਖੁਸ਼ ਹੋਵੇਗਾ। ਹਜ਼ੂਰ ਕਹਿਣ ਲੱਗੇ ਉਹ ਭਾਈ ਗੁਰਸਿੱਖੋ, ਆਹ ਵੇਖੋ ਅਕਾਲ ਪੁਰਖ ਵਾਹਿਗੁਰੂ ਮੇਰੇ ਗਲ 'ਚ ਸਰੋਪਾ ਪਾਉਂਦਾ, ਮੈਂ ਜਿੱਤ ਕੇ ਚੱਲਿਆ, ਮੇਰੀ ਜਿੱਤ ਨੂੰ ਵੇਖ ਕੇ ਰੋਇਓ ਨਾ, ਰੱਬ ਦਾ ਸ਼ੁਕਰਾਨਾ ਕਰੋ। ਇਹ ਪਾਠ ਹੈ। ਮੈਂ ਤਾਂ ਕਿਹਾ ਵੀ ਕਹਿਣ ਮਾਤਰ ਨਹੀਂ ਕੇਵਲ ਜਨਮ ਪਦਾਰਥ ਜੀਤ। ਬਾਬਾ ਸੁੰਦਰ ਜੀ ਲਿਖਦੇ ਨੇ, ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ। ਭਾਣੇ ਦਾ ਅਰਥ ਹੈ ਆਪਣੀ ਰਜਾ 'ਚ ਪਰਿਵਾਰ ਇਕੱਠਾ ਕਰ ਲਿਆ। ਅੱਗੇ ਫਰਮਾਇਆ, ਮਤ ਮੈਂ ਪਿੱਛੇ ਕੋਈ ਰੋਵ ਸੀ, ਮੇਰੇ ਪਿੱਛੋਂ ਮਤਾਂ ਕੋਈ ਰੋਵੇ, ਮਤ ਮੈਂ ਪਿੱਛੇ ਕੋਈ ਰੋਵ ਸੀ, ਸੋ ਮੈਂ ਮੂਲ ਨਾ ਪਾਇਆ। ਉਹ ਮੈਨੂੰ ਰਤੀ ਜਿੰਨਾ ਚੰਗਾ ਨਹੀਂ ਲੱਗਦਾ, ਮੂਲ ਜਿੰਨਾ ਚੰਗਾ ਨਹੀਂ ਲੱਗਦਾ, ਰਤੀ ਜਿੰਨਾ ਵੀ। ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਵ ਸੀ, ਸੋ ਮੈਂ ਮੂਲ ਨਾ ਪਾਇਆ। ਅਗਲੀ ਤੋਕੈ ਮਿੱਤ ਪੈ ਜੈ, ਲਭ ਸੁਣਿਓ, ਮਿੱਤ ਦਾ ਅਰਥ ਮਿੱਤਰ, ਪੈ ਜੈ ਦਾ ਅਰਥ ਹੁੰਦਾ ਸਰੋਪਾਂ ਪਾਉਣਾ, ਕਿਸੇ ਨੂੰ ਢੱਕ ਦੇਣਾ। ਮਿੱਤ ਬਿਗਸੈ, ਇੱਕ ਮਿੱਤਰ ਨੂੰ ਜੇ ਸਰੋਪੇ ਮਿਲਦੇ ਨੇ, ਦੂਜਾ ਰੋਵੇ ਨਾ ਤੇ ਉਹ ਕਦੀ ਨਹੀਂ ਰੋਂਦਾ ਜਿਹਨੂੰ ਮਿੱਤਰ ਦੀ ਤਰੱਕੀ ਚੰਗੀ ਲੱਗਦੀ ਹੋਵੇ। ਮਿੱਤ ਪੈ ਜੈ ਮਿੱਤ ਬਿਗਸੈ, ਜਿਸ ਮਿੱਤ ਕੀ ਪੈਜ ਭਾਵੈ। ਤੁਸੀਂ ਵਿਚਾਰ ਦੇਖੋ, ਪੁੱਤ ਭਾਈ ਹਰ ਸਤਿਗੁਰੂ ਪਹਿਨਾਵੇ, ਮੈਨੂੰ ਪਰਮਾਤਮਾ ਪਹਿਨਾ ਰਿਹਾ ਹੈ। ਮੈਂ ਆਪ ਨੂੰ ਫਿਰ ਬੇਨਤੀ, ਮੈਂ ਦੋ ਤਿੰਨ ਉਦਾਹਰਨਾਂ ਲੈਣੀਆਂ ਨੇ। ਦੇਖੋ ਬਾਬਾ ਬੁੱਢਾ ਸਾਹਿਬ ਜੀ ਨੇ, ਤਿੰਨ ਕੁ ਬੜੀਆਂ ਸੰਖੇਪ ਦੀਆਂ, ਕਿਉਂਕਿ ਮਨ 'ਚ ਆਉਂਦਾ ਨਾ ਵੀ ਕੋਈ ਜਿੱਤ ਕੇ ਗਿਆ ਵੀ ਹੈ ਕਿ ਇਕੱਲਾ ਗੱਲੀਆਂ ਗੱਲਾਂ ਹੀ ਨੇ। ਮੈਂ ਅਕਸਰ ਕਹਿੰਦਾ ਕਿ ਬਾਬਾ ਬੁੱਢਾ ਸਾਹਿਬ ਜੀ ਜੈਸਾ ਗੁਰਮੁਖ, ਬੜੀ ਵਾਰੀ ਉਹਨਾਂ ਦੀ ਉਦਾਹਰਨ ਦੇਣਾ, 125 ਸਾਲ ਉਹ ਜੀ ਕੇ ਗਏ ਇਸ ਸੰਸਾਰ 'ਚ। 12 ਸਾਲ ਦੀ ਉਮਰ 'ਚ ਬਾਬਾ ਸਤਿਗੁਰੂ ਨਾਨਕ ਸਾਹਿਬ ਨੇ ਸਿੱਖ ਬਣਾਇਆ। ਬਚਪਨ 'ਚ ਗੁਰੂ ਬਖਸ਼ਿਸ਼ ਮਿਲੀ। 113 ਸਾਲ ਉਸ ਮਹਾਂਪੁਰਖ ਨੇ ਸਿਰਫ ਸੇਵਾ ਕੀਤੀ ਹੈ। ਕਦੀ ਤੁਸੀਂ ਇਸਤਰੀ 'ਚ ਪੜ੍ਹੋ, ਉਹਨਾਂ ਨੇ ਕਿਤੇ ਖੌਮੇ ਭਰਪੂਰ ਦਾਅਵਾ ਨਹੀਂ ਕੀਤਾ। ਮੈਂ ਗੁਰੂ ਨਾਨਕ ਸਾਹਿਬ ਦੇ ਵੇਲੇ ਦਾ ਨਾਂ, 113 ਸਾਲ ਸੇਵਾ ਕਰਕੇ ਅਤੇ ਇੱਥੋਂ ਤੱਕ 98 ਸਾਲ ਦੀ ਉਮਰ ਵਿੱਚ ਬਾਬਾ ਬੁੱਢਾ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਦੇ ਗ੍ਰੰਥੀ ਸਾਹਿਬ ਬਣੇ ਨੇ। 98 ਈਅਰ, ਇੰਨੀ ਉਮਰ। ਪਰ ਜਦੋਂ ਪਿਆਰਿਓ ਜਾਣ ਲੱਗੇ ਨਾ, ਗੁਰੂ ਹਰਗੋਬਿੰਦ ਸਾਹਿਬ ਆਪ ਗਏ ਬਾਬਾ ਜੀ ਅੱਗੋਂ ਲੈਣ ਆਏ। ਫਿਰ ਅਗਲੀ ਗੱਲ ਜੋ ਸਾਡੀ ਹਿਸਟਰੀ, ਮੈਂ ਤਿੰਨ ਕੁ ਉਦਾਹਰਨਾਂ ਆਪ ਨੂੰ ਸਿਰਫ ਸਾਂਝੀਆਂ ਕਰਨੀਆਂ ਨੇ ਅਤੇ ਗੁਰੂ ਕਾਲ ਦੀਆਂ। ਗੁਰੂ ਹਰਗੋਬਿੰਦ ਸਾਹਿਬ ਆਪ ਘਰ ਗਏ, ਬਾਬਾ ਜੀ ਅੱਗੋਂ ਲੈਣ ਆਏ ਅਤੇ ਸਤਿਗੁਰਾਂ ਦੇ ਇਤਿਹਾਸ ਕਹਿੰਦਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚਰਨ ਪਕੜ ਲਏ ਸਨ। ਔਖਾ ਬੜਾ ਅੱਜ ਦੀ ਸਾਈਕੀ ਸਿੱਖਾਂ ਦੀ ਕਹਿਣਾ, ਗੁਰੂ ਨਾਨਕ ਸਾਹਿਬ ਦਾ ਅੰਨ ਸਿੱਖ ਜਾਣ ਕੇ ਬਾਬਾ ਬੁੱਢਾ ਸਾਹਿਬ ਅੰਦਰ ਚਲੇ ਗਏ। ਰਾਤ ਗੱਲਬਾਤ ਹੋਈ, ਅੰਮ੍ਰਿਤ ਵੇਲੇ ਇਸ਼ਨਾਨ ਕੀਤਾ, ਉਹਨੇ ਆਪ ਬਸਤਰ ਪਹਿਨ ਕੇ ਆਪ ਜਪਜੀ ਸਾਹਿਬ ਦਾ ਪਾਠ ਕੀਤਾ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਜੀ ਬੋਲ ਕੇ। ਆਹ ਹੈ ਨਾਮ ਧਿਆਇਨ ਸਾਜਨਾ ਜਨਮ ਪਦਾਰਥ ਜੀਤ। ਵੇਖੋ ਵੀ ਪਤਾ ਵੀ ਅੱਜ ਲੋ ਲੱਗਣ ਤੋਂ ਪਹਿਲਾਂ, ਸੂਰਜ ਦੀ ਲਾਲੀ ਨਿਕਲਣ ਤੋਂ ਪਹਿਲਾਂ ਇਸ ਬਜ਼ੁਰਗ ਨੇ ਚਲੇ ਜਾਣਾ, ਇਸ ਵਿੱਚੋਂ ਜੋਤ ਨਿਕਲ ਜਾਣੀ ਹੈ।
ਜਪਜੀ ਸਾਹਿਬ ਦਾ ਪਾਠ ਕਰਕੇ ਕੇਤੀ ਛੁੱਟੀ ਨਾਲ ਕਹਿ ਕੇ ਮੱਥਾ ਟੇਕਿਆ ਅਤੇ ਮਹਾਰਾਜ ਜੀ ਦੇ ਝੋਲੀ ਸੀ ਸੀ ਬਾਬਾ ਬੁੱਢਾ ਸਾਹਿਬ ਜੀ ਉਸ ਵਕਤ ਅਕਾਲ ਚਲਾਣਾ ਕਰ ਗਏ ਅਤੇ ਗੁਰੂ ਹਰਗੋਬਿੰਦ ਸਾਹਿਬ ਨੇ ਪਹਿਲਾ ਬਚਨ ਕਿਹਾ, ਸਾਧ ਸੰਗਤ ਜੀ ਵਧਾਈ ਹੋਵੇ, ਵਧਾਈ ਹੋਵੇ। ਚੁੱਪ ਕਰ ਗਏ। ਮਹਾਰਾਜ ਕਹਿਣ ਲੱਗੇ, ਤੁਸੀਂ ਸੋਚਦੇ ਹੋਗੇ ਕਿ ਵਧਾਈ ਕਿਉਂ ਗਿਆ ਹੈ? ਕਹਿਣ ਲੱਗੇ, ਅਫਸੋਸ ਹਾਰਿਆਂ ਹੋਇਆਂ 'ਤੇ ਹੁੰਦਾ, ਜਿੱਤਿਆਂ ਹੋਇਆਂ ਨੂੰ ਵਧਾਈ ਮਿਲਦੀ ਹੁੰਦੀ ਹੈ। ਇਹ ਜੀਵਨ ਦੀ ਬਾਜ਼ੀ ਜਿੱਤ ਕੇ ਗਏ ਆ, ਪਰ ਕਿਹਦੇ ਨਾਲ? ਨਾਮ ਨੂੰ ਤਿਆਗ ਕੇ। ਦੂਸਰੀ ਬੇਨਤੀ ਹੋਰ ਸੁਣਿਓ। ਅਸੀਂ ਬਾਬਾ ਸੱਤਾ ਬਲਵੰਤ ਸਾਹਿਬ ਦਾ ਜ਼ਿਕਰ ਚੱਲਦਾ ਹੈ ਨਾ। ਗੁਰੂ ਨੇ ਤਾਂ ਗੁਰੂ ਗ੍ਰੰਥ ਸਾਹਿਬ ਥਾਂ ਦੇ ਦਿੱਤੀ, ਸਾਡੇ ਲੋਕਾਂ ਨੇ ਅਜੇ ਵੀ ਨਹੀਂ ਬਖਸ਼ਿਆ ਸੱਚੀ ਨੂੰ। ਮੈਂ ਪਿਛਲੇ ਦਿਨ ਕਿਹਾ, ਵਿਚਾਰਾ ਜੇ ਕੋਈ ਕੀਰਤਨੀਆਂ ਭੁੱਲ ਕਰ ਜਾਏ ਨਾ, ਸਾਰੇ ਫਿਰ ਇੱਕੋ ਦਮ ਕਹਿੰਦੇ ਸੱਤਾ ਬਲਵੰਡ ਹੋ ਗਿਆ। ਇਸ ਤਰ੍ਹਾਂ ਹੀ ਕਰਦੇ ਆ ਨਾ ਜੀ, ਸੱਤਾ ਬਲਵੰਡ ਕਿੰਨੇ ਹੋ ਜਾਣਾ, ਭਾਈ ਸੱਤਾ ਜੀ, ਭਾਈ ਬਲਵੰਡ ਜੀ। ਸਾਨੂੰ ਇਹ ਤਾਂ ਪਤਾ ਵੀ ਰੁੱਸ ਕੇ ਚਲੇ ਗਏ, ਇਹ ਵੀ ਪਤਾ ਭਾਈ ਲੱਦਾ ਜੀ ਵਾਪਸ ਹੋਏ ਆਏ। ਆਪ ਜੀ ਨੂੰ ਪਤਾ ਹੋਣਾ ਚਾਹੀਦਾ, ਇੱਕ ਹੋਰ ਹੋ ਸਕਦਾ ਪਤਾ ਹੋਵੇ ਕਿ ਦੋਨਾਂ ਵੀਰਾਂ ਨੇ ਦੁਨੀਆਂ 'ਚ ਇੱਕੋ ਇਹ ਵੇਖਣਿਆ ਸੀ ਘਟਨਾ। ਗੁਰੂ ਹਰਗੋਬਿੰਦ ਸਾਹਿਬ ਲਾਹੌਰ ਗਏ, ਇਹ ਦੋਨੋਂ ਭਰਾ ਕੀਰਤਨ ਕਰ ਰਹੇ ਸਨ। ਇਹਨਾਂ ਵਜਦ 'ਚ ਆ ਕੇ ਭਿੱਜ ਕੇ ਕੀਰਤਨ ਕੀਤਾ, ਇਹ ਸਮਾਂ ਵੀ ਭੁੱਲ ਗਏ। ਉਸ ਤੋਂ ਬਾਅਦ ਕੀਰਤਨ ਬੰਦ ਹੋ ਗਿਆ, ਸਾਜ਼ ਬੰਦ ਹੋ ਗਏ। ਇਤਿਹਾਸ ਕਹਿੰਦਾ ਦੋਨੋਂ ਬਾਬਾ ਸੱਤਾ ਜੀ, ਬਾਬਾ ਬਲਵੰਡ ਜੀ, ਚਲੋ ਮੈਂ ਲਫਜ਼ ਬਾਬਾ ਜੀ ਵਰਤਣਾ ਅਦਬ ਲਈ, ਭਾਈ ਸੱਤਾ ਜੀ, ਭਾਈ ਬਲਵੰਡ ਜੀ ਉੱਠ ਕੇ ਖੜ੍ਹੇ ਹੋ ਗਏ। ਮਹਾਰਾਜ ਜੀ ਨੇ ਦੇਖਿਆ, ਕਹਿਣ ਲੱਗੇ, ਸਤਿਗੁਰੂ ਆਗਿਆ ਬਖਸ਼ੋ, ਸਾਡਾ ਦੋਨਾਂ ਦਾ ਅੰਤਲਾ ਸਮਾਂ ਆ ਗਿਆ ਹੈ। ਇੱਕ ਗੱਲ, ਸਾਡੇ ਸਰੀਰ ਨੂੰ ਅੰਤਿਮ ਸੰਸਕਾਰ ਵੈਸੇ ਤਾਂ ਕਿਹਾ ਜਾਂਦਾ ਖਾਕ ਦੇ ਸਪੁਰਦ ਕੀਤਾ, ਇਤਿਹਾਸ ਕਹਿੰਦਾ, ਉਸ ਜਗ੍ਹਾ ਦੇ ਨੇੜੇ ਕਰਿਓ ਜਿੱਥੇ ਗੁਰੂ ਅਰਜਨ ਦੇਵ ਨੇ ਸ਼ਹਾਦਤ ਦਾ ਜਾਮ ਪੀਤਾ ਹੈ। ਪਿਆਰਿਓ, ਕੋਈ ਛੋਟੀ ਜਿਹੀ ਗੱਲ ਨਹੀਂ। ਠੀਕ ਹੈ, ਜ਼ਿੰਦਗੀ 'ਚ ਤਿਲਕ ਗਏ, ਅਖੀਰ 'ਤੇ ਬਾਜੀ ਜਿੱਤ ਕੇ ਤੁਰੇ। ਤੀਸਰਾ, ਭਾਈ ਗੁਰਦਾਸ ਸਾਹਿਬ ਦਾ ਸਾਰੇ ਜ਼ਿਕਰ ਕਰਨੇ ਕਿ ਗੁਰੂ ਅਮਰਦਾਸ ਜੀ ਦੇ ਭਤੀਜੇ ਨੇ, ਗੁਰੂ ਅਰਜਨ ਦੇਵ ਜੀ ਦੇ ਰਿਸ਼ਤੇਦਾਰੀ 'ਚ ਮਾਮਾ ਜੀ ਲੱਗਦੇ ਨੇ, ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਲਿਖਿਆ, ਪ੍ਰਚਾਰ ਕੀਤਾ, ਗੋਸ਼ਟੀਆਂ 'ਤੇ ਗਏ ਬ੍ਰਾਹਮਣਾਂ ਨਾਲ, ਸਾਰਿਆਂ ਨਾਲ, ਵਿਦਵਾਨਾਂ ਨਾਲ, ਉਹ ਯੋਗੀਆਂ ਨਾਲ ਗੋਸ਼ਟੀਆਂ ਕਰਦੇ ਰਹੇ। ਪਰ ਪਿਆਰਿਓ, ਅੰਤਲਾ ਸਮਾਂ ਕਿਵੇਂ ਆਇਆ? ਅੰਤਲਾ ਸਮਾਂ ਉਹਨਾਂ ਦਾ ਗੋਇੰਦਵਾਲ ਸਾਹਿਬ ਆਇਆ ਹੈ। ਗੁਰੂ ਹਰਗੋਬਿੰਦ ਸਾਹਿਬ ਉੱਥੇ ਵੀ ਗਏ। ਮੈਂ ਤਿੰਨੇ ਘਟਨਾਵਾਂ ਗੁਰੂ ਹਰਗੋਬਿੰਦ ਸਾਹਿਬ ਨਾਲ ਸੰਬੰਧਿਤ ਅਰਜ ਕੀਤੀਆਂ ਨੇ। ਉੱਥੇ ਵੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਗਏ ਅਤੇ ਭਾਈ ਸਾਹਿਬ ਨੇ ਮਹਾਰਾਜ ਜੀ ਨੂੰ ਰਾਤ ਨੂੰ ਕਿਹਾ, ਸਤਿਗੁਰੂ ਅੱਜ ਅੰਮ੍ਰਿਤ ਵੇਲੇ ਅਸਾਂ ਨੇ ਚਲੇ ਜਾਣਾ ਹੈ। ਸਤਿਗੁਰਾਂ ਨੇ ਸੁਣਿਆ ਅਤੇ ਇੱਕ ਸ਼ਬਦ ਕਿਹਾ, ਅਜੇ ਤਾਂ ਕੁਛ ਦਿਨ ਹੋਏ ਨੇ, ਬਾਬਾ ਬੁੱਢਾ ਸਾਹਿਬ ਜੀ ਗਏ ਨੇ, ਤੁਸੀਂ ਆਪਣੀ ਜਗ੍ਹਾ 'ਤੇ ਇਸ਼ਨਾਨ ਪਾਨ ਕਰਕੇ ਬੈਠੋ। ਇਤਿਹਾਸ ਕਹਿੰਦਾ ਕਿ ਪਹਿਲਾਂ ਉਸ ਰਾਤ ਉੱਠ ਕੇ ਭਾਈ ਸਾਹਿਬ ਨੇ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕੀਤਾ। ਭਾਈ ਬਾਬਕ ਨੇ, ਉਸ ਵਕਤ ਭਾਈ ਬਾਬਕ ਕੀਰਤਨੀਆਂ ਸੀ, ਉਸ ਰਬਾਬੀ ਨੇ ਆਸਾ ਕੀ ਵਾਰ ਦਾ ਕੀਰਤਨ ਕੀਤਾ, ਭਾਈ ਸਾਹਿਬ ਨੇ ਜਪਜੀ ਸਾਹਿਬ ਦਾ ਪਾਠ ਕੀਤਾ, ਉਸ ਤੋਂ ਬਾਅਦ ਉਹਨਾਂ ਨੇ ਸੁਖਮਨੀ ਸਾਹਿਬ ਦਾ ਪਾਠ ਕੀਤਾ। ਇੱਧਰੋਂ ਆਸਾ ਕੀ ਵਾਰ ਸਮਾਪਤ ਹੋ ਰਹੀ ਹੈ, ਉੱਧਰੋਂ ਭਾਈ ਗੁਰਦਾਸ ਸਾਹਿਬ ਜੀ ਨੇ
ਸੁਖਮਨੀ ਸਾਹਿਬ ਦਾ ਪਾਠ ਮੁਕੰਮਲ ਕਰਕੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਆਪਣੇ ਚੋਲੇ ਨੂੰ ਤਿਆਗ ਦਿੱਤਾ। ਮੈਂ ਤਿੰਨ ਉਦਾਹਰਨਾਂ ਸਿਰਫ ਲਈਆਂ ਨੇ ਕਿ ਕਮਾਈ ਕਰਨ ਵਾਲੇ ਹਾਂ ਜਾਣ ਤੋਂ ਪਹਿਲਾਂ ਦੋ ਤਿੰਨ ਕੀਤੀਆਂ ਬੇਨਤੀਆਂ। ਇੱਕ ਤਾਂ ਭਾਈ ਸਾਹਿਬ ਜੀ ਨੇ ਕਿਹਾ ਸਤਿਗੁਰੂ ਸੰਸਕਾਰ ਤੁਸੀਂ ਆਪ ਕਰਿਓ ਚਿਖਾ ਨੂੰ ਅੱਗ ਲਗਾਉਣੀ, ਦੂਜੀ ਮੇਰੀ ਰਾਖ ਨੂੰ ਬਿਆਸ ਦੇ ਪ੍ਰਵਾਹ ਕਰ ਦੇਣਾ, ਤੀਜਾ ਮੇਰੀ ਕੋਈ ਯਾਦਗਾਰ ਨਾ ਬਣਾਉਣੀ। ਅਤੇ ਮਹਾਰਾਜ ਜੀ ਨੇ ਕਿਹਾ ਜਿੰਨੀ ਦੇਰ ਤੱਕ ਸੂਰਜ ਚੰਦਰਮਾ ਤਾਰੇ ਆਕਾਸ਼ ਰਹੇਗਾ ਜਿੰਨੀ ਕਮਾਈ ਤੁਸੀਂ ਕਰਕੇ ਗਏ ਉਹ ਇਸਾਂ ਤਰ੍ਹਾਂ ਤੁਹਾਡਾ ਨਾਮ ਰਹੇਗਾ। ਮੈਂ ਸਿਰਫ ਆਪ ਨੂੰ ਇੰਨੀ ਕੁ ਬੇਨਤੀ ਕਰਨ ਲੱਗਾ, ਗੁਰਮੁਖੋ ਦੁਨੀਆ ਨੂੰ ਜਿੱਤਣ ਦੀ ਥਾਂ ਮਨ ਆਪਣੇ ਨੂੰ ਜਿੱਤ ਲਈਏ। ਸ਼ੁਰੂਆਤ ਇੱਥੋਂ ਕੀਤੀ ਸੀ, ਮੁੰਦਾ ਸੰਤੋਖ ਸਰਮਪਤ ਝੋਲੀ, ਧਿਆਨ ਕੀ ਕਰੇ ਵਿਭੂਤ, ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ। ਕੌਣ ਜਿੱਤਦਾ? ਮਨ ਜੀਤੈ ਜਗ ਜੀਤ। ਜਿਹਨੇ ਸ਼ਬਦ ਨਾਲ ਮਨ ਨੂੰ ਜਿੱਤ ਲਿਆ, ਇਸ ਸਤਿਗੁਰੂ ਇੱਥੇ ਬਚਨ ਕਰੇ ਨਾਮ ਧਿਆਇਨ ਸਾਜਨਾ, ਜਿਨ੍ਹਾਂ ਗੁਰਮੁਖਾਂ ਨੇ ਜਿਨ੍ਹਾਂ ਸੱਜਣਾ ਨੇ, ਮੈਂ ਸਾਜ ਅਰਥ ਕਰ ਚੁੱਕਾ ਹਾਂ, ਨਾਮ ਨੂੰ ਧਿਆਇਆ ਪਿਆਰੇ ਉਹ ਜਿੱਤ ਕੇ ਗਏ। ਕਿਵੇਂ ਜਿੱਤ ਕੇ ਗਏ? ਇਤ ਤਨ ਲਾਗੈ ਬਾਣੀਆਂ, ਸੁਖ ਹੋਵੇ ਸੇਵ ਕਮਾਣੀਆਂ, ਸਭ ਦੁਨੀਆਂ ਆਵਣ ਜਾਣੀਆਂ, ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗੈ ਬਹਿਸਣ ਪਾਈਏ, ਕਉ ਨਾਨਕ ਬਾਂਹ ਲੁੜਾਈਏ। ਬਾਂਹ ਉੱਚੀ ਕਰਕੇ ਗਏ, ਜਿੱਤ ਕੇ ਗਏ। ਗੁਰੂ ਜੀ ਕਹਿੰਦੇ ਨਾਮ ਧਿਆਇਨ ਸਾਜਨਾ। ਮੈਂ ਫਿਰ ਰਿਪੀਟ ਕਰ ਦਿਆਂਗਾ, ਗੁਰਮੁਖੋ ਮੈਂ ਤਾਂ ਕਈ ਵਾਰੀ ਕਹਿੰਦਾ ਔਰੰਗਜ਼ੇਬ ਕਿੰਨਾ ਕੁਝ ਜਿੱਤੀ ਬੈਠਾ ਸੀ, ਸੱਚ ਹੈ ਨਾ ਜੀ, ਪੂਰਾ ਹਿੰਦੁਸਤਾਨ ਕਿੱਥੋਂ ਤੱਕ ਕਾਬਲ ਕੰਧਾਰ ਤੱਕ, ਬੰਗਾਲ ਪੂਰਾ ਜੀ ਕਹਿ ਲਓ, ਉਹ ਜਿੱਤ ਕੇ ਗਿਆ। ਅਤੇ ਜਿਸ ਦੇ ਘਰ ਨੂੰ ਵੀ ਉਹਦੇ ਸੂਬੇ ਨੇ ਉਜਾੜ ਦਿੱਤਾ ਆਨੰਦਪੁਰ ਨੂੰ, ਜਿਸ ਦੇ ਪੁੱਤਰ ਵੀ ਸਤਿਗੁਰਾਂ ਦੇ ਸ਼ਹੀਦ ਕਰ ਦਿੱਤੇ, ਪਿਤਾ ਸ਼ਹੀਦ ਕਰ ਦਿੱਤਾ, ਮਾਂ ਸ਼ਹੀਦ ਕਰ ਦਿੱਤੀ, ਉਹ ਸਾਰੇ ਹਿੰਦੁਸਤਾਨ ਨੂੰ ਭਾਰਤ ਨੂੰ ਜਿੱਤਣ ਵਾਲਾ ਅਖੀਰ 'ਤੇ ਕਹਿੰਦਾ ਮੈਂ ਦੁਨੀਆਂ ਦੇ ਲੋਕੋ ਖਾਰ ਕੇ ਜਾ ਰਿਹਾ, ਜਿਹਦੇ ਕੋਲ ਘਰ ਵੀ ਕੋਈ ਨਾ, ਘੋੜਾ ਵੀ ਕੋਈ ਨਾ, ਸਾਜ ਵੀ ਕੋਈ ਨਾ, ਬਾਜ ਵੀ ਕੋਈ ਨਾ, ਕਲਗੀ ਵੀ ਕੋਈ ਨਾ, ਤੋੜਾ ਵੀ ਕੋਈ ਨਾ, ਉਹ ਜ਼ਮੀਨ 'ਤੇ ਬੈਠਾ ਲਿਖ ਰਿਹਾ ਜ਼ਫਰਨਾਮਾ, ਮੈਂ ਦੁਨੀਆਂ ਵਿੱਚੋਂ ਜਿੱਤ ਕੇ ਜਾ ਰਿਹਾ। ਮੇਰੀ ਬੇਨਤੀ ਹੈ ਨਾਮ ਜਪਣ ਵਾਲਾ ਜੇ ਕਹੀਏ ਜੀ ਸਾਰੀ ਦੁਨੀਆਂ ਜਿੱਤ ਲਓ ਫਿਰ ਕੀ ਹੋ ਜੂਗਾ। ਮੈਂ ਤਾਂ ਇੱਕ ਦਿਨ ਕਿਹਾ ਸੀ ਵੀ ਬੰਦਾ ਜਿਹੜਾ, ਮੈਂ ਪੰਜ ਚਾਰ ਮਿੰਟ ਲੈਣੇ ਸਿਰਫ ਤੁਹਾਡੇ, ਜਦੋਂ ਜੇ ਕਹੋ ਵੇਖੋ ਵੱਡੇ ਵੱਡੇ, ਮੈਂ ਵਿਰੋਧ 'ਚ ਨਹੀਂ ਕਹਿ ਰਿਹਾ ਵੀ ਯਾਦਗਾਰ ਬਣ ਗਈ, ਉਹਦਾ ਏਅਰਪੋਰਟ ਬਣਾ ਤਾ ਜੀ, ਫਲਾਣੇ ਲੀਡਰ ਦਾ ਇਹ ਬਣਾ ਤਾ, ਹੁਣ ਜਿਹੜਾ ਮਾਰੀ ਗਿਆ ਉਹਦੇ ਲਈ ਕੀ ਚੀਜ਼ ਰਹਿ ਗਿਆ। ਮੈਂ ਤਾਂ ਇੱਕ ਦਿਨ ਕਿਹਾ ਜੇ ਪੁਨਰ ਜਨਮ ਮੰਨਦਾ ਹੋ ਸਕਦਾ ਕੋਈ ਬਿੱਲੀ ਕੀੜਾ ਕੂੜਾ ਬਣ ਕੇ ਏਅਰਪੋਰਟ 'ਤੇ ਤੁਰਦਾ ਫਿਰਦਾ ਹੋਵੇ, ਕੀ ਪਤਾ ਉਹਨੂੰ ਮੇਰੀ ਯਾਦਗਾਰਾਂ ਬਣੀਆਂ ਹੋਈਆਂ ਨੇ। ਉਹ ਪਿਆਰੇ ਉਹ ਜਿੱਤਦੇ ਨਹੀਂ ਹਾਰਦੇ ਨੇ, ਇਹਨਾਂ ਨੂੰ ਗੁਰੂ ਜੀ ਕਹਿੰਦੇ ਆ ਜਿੰਜ ਵਿਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵੀ ਜਾਣੀਆਂ ਨਾਲ ਚੱਲੇ, ਇਹ ਨਾ ਜਿੱਤ ਗਿਆ ਨਾਲ ਚੱਲੇ ਸਭ ਕੋਏ, ਚੰਗਾ ਨਾ ਉਹ ਰਖਾਇਕ ਹੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵੀ ਤਾਂ ਵਾਤ ਨਾ ਪੁੱਛੇ ਕਿ। ਪਰ ਜਿੱਤਦੇ ਆ ਨਾਮ ਧਿਆਇਨ ਸਾਜਨਾ, ਜਿਹਨਾਂ ਗੁਰਮੁਖਾਂ ਨਾਮ ਜਪਿਆ ਉਹ ਜਿੱਤ ਕੇ ਗਏ ਹਾਰ ਕੇ ਨਿਖੀ। ਮਹਾਰਾਜ ਕਹਿੰਦੇ ਜਨਮ ਪਦਾਰਥ ਜੀਤ, ਜਨਮ ਰੂਪੀ ਪਦਾਰਥ ਨੂੰ ਨਾ ਜਿੱਤ ਲਿਆ, ਅੱਗੇ ਨਾਨਕ ਧਰਮ ਐਸੇ ਚਵਹੈਂ। ਉਹ ਇਸ ਤਰ੍ਹਾਂ ਹਮੇਸ਼ਾ ਧਰਮ ਦੀ ਗੱਲ ਕਰਦੇ ਆ, ਉਹ ਨਾਮ ਦੀ ਗੱਲ ਕਰਦੇ ਆ, ਜਿਹੜਾ ਨਾਮ ਧਰਮ ਹੈ। ਕੀਤੋ ਭਵਨ ਪੁਨੀਤ,
ਪਿਆਰਿਓ ਜਿੰਨਾ ਥਾਵਾਂ ਤੇ ਉਹ ਗੁਰਮੁਖ ਬਹਿ ਗਏ ਲੰਘ ਗਏ, ਯਾਦ ਰੱਖਿਓ ਉਹ ਥਾਵਾਂ ਸਾਰੀਆਂ ਪਵਿੱਤਰ ਹੋ ਗਈਆਂ। ਇਹਨੂੰ ਵੀ ਥੋੜ੍ਹਾ ਜਿਹਾ ਸੁਣਿਓ, ਕੀਤੋ ਭਪਾਉਣ ਦਰਤ ਕਾਲ। ਇਸੇ ਕਰਕੇ ਮਹਾਰਾਜ ਨੇ ਕਿਹਾ ਕਿ ਜਿੱਥੇ ਬੈਸਨ ਸਾਧ ਜਨ ਸੋ ਸਥਾਨ ਸੁਹੰਦਾ। ਇੱਥੋਂ ਤੱਕ ਗੁਰੂ ਨਾਨਕ ਸਾਹਿਬ ਬਾਰੇ ਭਾਈ ਸਾਹਿਬ ਲਿਖਦੇ ਆ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਭਾ। ਜਿੱਥੇ ਗੁਰੂ ਜੀ ਦੇ ਚਰਨ ਪੈ ਗਏ ਪਿਆਰੇ, ਉਹ ਥਾਂ ਪੂਜਨੀਕ ਹੋ ਗਈ। ਕਾਹਦੇ ਕਰਕੇ? ਉਹ ਨਾਮ ਕਰਕੇ। ਫਿਰ ਅਰਜ ਕਹੇ ਅਸੀਂ ਚਲੋ ਇਹ ਸਿੱਖਾਂ, ਚਲੋ ਆਪਾਂ ਸ਼ਬਦ ਵਰਤਨੇ ਆ। ਮੈਂ ਇੱਕ ਦਿਨ ਸੋਚ ਰਿਹਾ ਸਾਂ, ਧਰਮ ਤਾਂ ਬਹੁਤ ਨੇ ਨਾ, ਸੱਚੀ ਇਹ ਵੇ ਕਿ ਜਿੰਨਾ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਆਪਣੇ ਮੁਬਾਰਕ ਚਰਨਾਂ ਨਾਲ ਧਰਤੀ ਨੂੰ ਨਿਵਾਜਿਆ, ਸ਼ਾਇਦ ਕਿਸੇ ਪੈਗੰਬਰ ਨੇ ਇਹਨਾਂ ਧਰਤੀ ਨੂੰ ਨਿਵਾਜਿਆ ਹੋਵੇ। ਜਿਨ ਫਿਰ ਸੁਣਿਓ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਹਿੰਦੁਸਤਾਨ ਦੇ ਕਿਸੇ ਪਾਸੇ ਤੁਰ ਜਾਈਏ, ਘੱਟੋ ਘੱਟ ਸਾਨੂੰ ਚਾਰ ਚੁਫੇਰੇ ਕਿਤੇ ਨਾ ਕਿਤੇ ਗੁਰੂ ਨਾਨਕ ਸਾਹਿਬ ਦੀ ਚਰਨ ਛੂਹ ਜ਼ਰੂਰ ਮਿਲੇਗੀ। ਨਹੀਂ ਪਿਆਰਿਓ, ਉਹ ਧਰਤੀ ਪਵਿੱਤਰ ਹੋ ਗਈ ਜਿੱਥੇ ਬੰਦਗੀ ਕਰਨ ਵਾਲਾ ਬਹਿ ਗਿਆ, ਉਹ ਧਰਤੀ ਪਵਿੱਤਰ ਹੋ ਗਈ ਜਿੱਥੇ ਆਬਾਦਤ ਵਾਲਾ। ਗੁਰੂ ਗ੍ਰੰਥ ਸਾਹਿਬ ਤੈਤੋਂ ਤਾਂ ਕਹਿੰਦੇ, ਭਲਕੈ ਉੱਠ ਪ੍ਰਾਹੁਣਾ ਮੇਰਾ ਕਰ ਆਵੋ, ਪਾਉਂ ਪਲਾਵਾਂ ਪਾਉ ਪਖਾਲਾਂ, ਤਿਸਕੇ ਮਨ ਤਨ ਨਿਤ ਭਾਵੋ, ਨਾਮ ਸੁਣੈ ਨਾਮ ਸੰਗ੍ਰਹਿ, ਨਾਮੈ ਲਿਵਲਾਉ ਗਹਿ ਗ੍ਰਹਿ, ਧਨ ਸਭ ਪਵਿੱਤ ਹੋਏ, ਹਰ ਕੇ ਗੁਣ ਗਾਵੋ, ਜੇ ਤੂੰ ਮੇਰੇ ਘਰ 'ਚ ਆ ਜਾਏ ਮੇਰੇ ਘਰ ਦੇ ਕਮਰੇ ਵੀ ਪਵਿੱਤਰ ਹੋ ਜਾਣ। ਪਿਆਰਿਓ, ਕਬੀਰ ਸੋਈ ਮੁੱਖ ਧਨ ਹੈ, ਜੇ ਮੁਕਈਆ ਰਾਮ ਦੇਹੀ ਕਿਸ ਕੀ ਵਾਪਰੀ, ਪਵਿੱਤਰ ਹੋਏਗੋ ਗ੍ਰਾਮ ਕੀਤੋ ਭਵਨ ਪਵੀਤ। ਉਹਨਾਂ ਨੇ ਜਿਹੜੇ ਆ ਭਵਨ ਨੇ ਆ ਧਰਤੀ ਨੂੰ ਪਵਿੱਤਰ ਕਰ ਦਿੱਤਾ। ਹੁਣ ਇੱਕ ਦੂਜੀ ਤਸਵੀਰ ਹੋਰ ਵੀ ਹੈ, ਇਹ ਤਾਂ ਹੈ ਜਿਹੜੇ ਜਿੱਤ ਕੇ ਗਏ। ਹੁਣ ਅਗਲੇ ਅਰਥ ਥੋੜ੍ਹੇ ਜਿਹੇ ਆਪ ਜੀ ਸਮਝ ਲਿਓ, ਕਿਉਂਕਿ ਇਸ ਲੜੀ ਨੂੰ ਕੱਲ੍ਹ ਨੂੰ ਅੱਗੇ ਜਿੱਥੇ ਹੁਣ ਆਪਾਂ KCF ਨਾ ਜੀ, ਹਾਂ ਉੱਥੇ ਇਸ ਵਿਚਾਰ ਨੂੰ ਸ਼ੁਰੂ। ਖੁਬੜੀ ਕੁਥਾਏ ਮਿੱਠੀ ਗਲਣ ਕੁਮੰਤਰੀਆ, ਥੋੜ੍ਹੇ ਜਿਹੇ ਫਿਰ ਬੇਨਤੀ ਸੁਣਿਓ। ਖੁਬੜੀ ਇਹ ਦੱਖਣੇ 'ਚ ਜਿਹੜੇ ਸ਼ਬਦ ਬੋਲ ਰਿਹਾ ਮੈਂ, ਖੁਬੜੀ ਇੱਕ ਲਫ਼ਜ਼ ਅਸੀਂ ਪੰਜਾਬੀ 'ਚ ਵਰਤਦੇ ਹਾਂ। ਫਲਾਣੀ ਥਾਂ ਮੈਂ ਜਦੋਂ ਗਿਆ ਅਤੇ ਮੇਰੇ ਪੈਰ ਚਿੱਕੜ ਦੇ ਵਿੱਚ ਖੁੱਬ ਗਏ, ਇਹ ਉਹ ਲਫ਼ਜ਼ ਹੈ। ਖੁਬੜੀ ਇਸਤਰੀ ਲਿੰਗ ਹੈ, ਇਹ ਅਰਥ ਕਰਾਂਗੇ ਉਹ ਜੀਵ ਇਸਤਰੀ। ਖੁਬੜੀ ਦਾ ਅਰਥ ਹੈ ਖੁੱਬ ਗਈ। ਕਿੱਥੇ ਜੀ? ਕੁਥਾਏ, ਕੁਥਾਏ ਦਾ ਅਰਥ ਹੈ ਜਿਹੜੀ ਥਾਂ ਚੰਗੀ ਨਹੀਂ। ਖੁਬੜੀ ਕੁਥਾਏ ਮਿੱਠੀ, ਫਿਰ ਬੇਨਤੀ ਕਹਿ ਪਰ ਅਖਰੀ ਅਰਥ ਕਰਕੇ ਫਿਰ ਇਹਦੀ ਵਿਆਖਿਆ ਕਰ ਦੇਣਾ। ਮਿੱਠੀ ਦਾ ਅਰਥ ਜਿਹਦੇ ਵਿੱਚ ਮਿਠਾਸ ਹੈ। ਗਲਣ, ਗਲਣ ਦਾ ਅਰਥ ਹੈ ਜਿਲਣ, ਦਲਦਲ। ਕਹਿਣ ਲੱਗੇ ਕੁਥਾਏ ਭੈੜੀ ਥਾਂ 'ਤੇ ਫਸ ਗਈ, ਖੁੱਬ ਗਈ। ਪਰ ਆਮ ਬੰਦਾ ਖੁੱਬੇ 'ਤੇ ਰੌਲਾ ਪਾਉਂਦਾ, ਕਹਿੰਦੇ ਇਹਦਾ ਹਾਲ ਕੀ ਹੋ ਗਿਆ, ਜਿੱਥੇ ਖੁੱਬੀ ਉਸ ਖੁੱਬੇ ਨੂੰ ਵੀ ਮਿੱਠਾ ਸਮਝਦੀ ਪਈ ਹੈ। ਸ਼ਾਇਦ ਜਿਹੜਾ ਆਪ ਜੀ ਨੂੰ ਪਤਾ ਹੋਣਾ, ਪੰਜਾਬ ਸ਼ਬਦ ਵਰਤਦੇ ਸਨ, ਇਸ ਪੈਲੀ 'ਚੋਂ ਉਹਨੇ ਲੰਘਿਓ ਅਤੇ ਖੋਭਾ ਹੋ ਜਾਣਾ। ਖੋਭਾ ਦਰਦ ਜਿਹੜਾ ਜਿੱਥੇ ਖੁੱਬ ਜਾਂਦਾ ਬੰਦਾ। ਮਹਾਰਾਜ ਕਹਿੰਦੇ ਆਮ ਬੰਦਾ ਖੁੱਬੇ 'ਤੇ ਰੌਲਾ ਪਾਉਂਦਾ, ਮੈਨੂੰ ਬਚਾ ਲਓ ਮੈਂ ਖੁੱਬ ਗਿਆ। ਇੱਥੇ ਮਹਾਰਾਜ ਕਹਿੰਦੇ ਨੇ ਕੁਮੰਤਰੀਆ, ਕੁਮੰਤਰੀਆ ਸ਼ਬਦ ਹੈ ਅਸਲ 'ਚ ਕੁਮੰਤਰ। ਕੁਮੰਤਰ ਦਾ ਅਰਥ ਹੁੰਦਾ ਭੈੜਾ ਮੰਤਰ ਦੇਣਾ। ਫਿਰ ਅਰਜ ਕਹੇ ਭੈੜੀ ਅਕਲ ਵਾਲੀ, ਜਿਹੜੀ ਭੈੜੀ ਸਲਾਹ ਦੇ, ਉਂਝ ਮੰਤਰ ਦਾ ਅਰਥ ਸਲਾਹ ਵੀ ਹੁੰਦਾ। ਖੁਬੜੀ ਕੁਥਾਏ ਮਿੱਠੀ ਗਲਣ ਕੁਮੰਤਰੀਆ, ਇਹਦੇ ਅਰਥ ਇੱਥੋਂ ਕਰਾਂਗਾ ਕੁਮੰਤਰੀਆ
ਭੈੜੀ ਅਕਲ ਦੇਣ ਵਾਲੀ ਜੀਵ ਇਸਤਰੀ ਜਿਹੜੀ ਹੈ, ਜਿਹਨੂੰ ਸਮਝ ਹੀ ਕੋਈ ਨਹੀਂ, ਖੋਟੀ ਅਕਲ ਵਾਲੀ, ਖੋਟੀ ਅਕਲ, ਉਹ ਉੱਥੇ ਖੁੱਭ ਗਈ ਜਿਹੜੀ ਕੁਥਾਏ ਹੈ, ਅਤੇ ਉਸ ਕੁਥਾਂ ਨੂੰ ਮਿੱਠਾ ਸਮਝੀ ਬੈਠੀ। ਇਹਦੇ ਭਾਵ ਅਰਥ ਇਹ ਨੇ ਕਿ ਜਿਹੜੀ ਵਾਸ਼ਨਾ ਦੀ ਜਿਲਣ 'ਚ ਬੰਦਾ ਫਸ ਜਾਂਦਾ, ਹੁਣ ਉਹਨੂੰ ਮਿੱਠਾ ਲੱਗੀ ਜਾ ਰਿਹਾ ਜੀ। ਵੇਖੋ ਬਾਣੀ 'ਚ ਇੱਕ ਬਚਨ ਆਉਂਦਾ, ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਸਾਕਤ ਕੀ ਬਦ ਵਿਦ ਨੈਨੋ ਡੀਠੀ। ਹੁਣ ਬੰਦਗੀ ਕਰਨ ਵਾਲੇ ਨੂੰ ਤੂੰ ਕਹੋ ਵੀ ਆਹ ਨਸ਼ਾ ਹੈ, ਆਹ ਵਾਸ਼ਨਾ ਹੈ, ਉਹ ਕਹੇਗਾ ਨਾ ਓਏ, ਇਹ ਤਾਂ ਜ਼ਹਿਰ ਹੈ। ਅਤੇ ਜਿਹੜਾ ਦਿਨ ਰਾਤ ਨੂੰ ਭੋਗਦਾ ਹੈ, ਉਹ ਕਹਿੰਦਾ ਇਹਨਾਂ ਦੁਨੀਆਂ 'ਚ ਆ ਕੇ ਖੱਟਿਆ, ਇਹਨਾਂ ਦੇ ਕੋਈ ਸਵਾਦ ਵੇਖੀ ਕੋਈ ਨਹੀਂ। ਫਿਰ ਬੇਨਤੀ ਹੈ, ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਆ ਮਿੱਠੀ ਗਲਨ ਕੁਮੰਤਰੀਆਂ, ਉਸ ਮਿਠਾਸ ਨੂੰ ਉਹਨੂੰ ਉਹ ਜ਼ਹਿਰ ਨੂੰ ਮਿਠਾਸ ਸਮਝੀ ਬੈਠੇ, ਉਹਦੇ 'ਚ ਖੁੱਭ ਗਿਆ। ਬਾਬਾ ਸਾਹਿਬ ਦਾ ਇੱਕ ਬਚਨ ਹੈ, ਫਰੀਦ ਸਾਹਿਬ ਦਾ, ਮਹਾਰਾਜ ਦਾ ਬਚਨ ਹੈ, ਫਰੀਦਾ ਇਹ ਵਿਸ਼ ਗੰਦਲਾਂ ਧਰੀਆਂ ਖੰਡ ਲਿਵਾੜ, ਇੱਕ ਰਾਹੀ ਦੇ ਰਹਿ ਗਏ ਇੱਕ ਰਾਧੀ ਗਏ ਉਜਾਲ। ਥੋੜ੍ਹਾ ਜਿਹਾ ਸੁਣਿਆ, ਇਹਦੇ ਅਰਥ ਦੋ ਨੇ। ਫਰੀਦਾ ਇਹ ਵਿਸ਼ ਗੰਦਲਾਂ, ਗੰਦਲ ਸ਼ਬਦ ਆਪ ਸਮਝਦੇ ਹੋ ਨਾ, ਆ ਸਾਗ ਦੀਆਂ ਗੰਦਲਾਂ ਹੁੰਦੀਆਂ ਸਨ ਨਾ, ਗੰਦਲ ਔਰਤ ਲਈ ਵੀ ਸ਼ਬਦ ਵਰਤਦੇ ਰਹੇ। ਕਹਿੰਦੇ ਆਹ ਜਿਹੜੇ ਸਰੀਰ ਦਿਸਦੇ ਪਏ ਨੇ ਨਾ, ਕੱਪੜੇ ਪਾਏ, ਚਮਕਦੇ ਹੋਏ, ਹਾਰ ਸ਼ਿੰਗਾਰ ਕੀਤੇ, ਉਂਝ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਅਰਥ ਸਿਰਫ ਆ ਪਦਾਰਥ ਹੀ ਕੀਤੇ ਨੇ, ਪਰ ਇਹ ਫਰੀਦਾ ਇਹ ਵਿਸ਼ ਗੰਦਲਾਂ ਧਰੀਆਂ ਖੰਡ ਲਿਵਾੜ, ਆ ਮੇਕਅਪ ਜਿਹੜੇ ਤੂੰ ਵੇਖ ਰਿਹਾ, ਵਾਹਿਗੁਰੂ ਮੈਨੂੰ ਬਖਸ਼ ਦਿਆ ਜੇ, ਜਿੱਥੇ ਵਾਸ਼ਨਾ ਦਾ ਮਾਰਿਆ ਤੂੰ ਜਾ ਰਿਹਾ, ਇਹ ਬਾਹਰ ਮੁਖੀ ਚਮਕ ਦਮਕ ਸੱਚੀ ਇਸ ਤਰ੍ਹਾਂ ਹੀ ਜਿਵੇਂ ਖੰਡ ਦੇ ਵਿੱਚ ਲਪੇਟਿਆ ਹੋਇਆ ਜ਼ਹਿਰ ਹੈ, ਤੈਨੂੰ ਮਿੱਠਾ ਲੱਗਦਾ ਪਿਆ, ਤੈਨੂੰ ਤਬਾਹ ਕਰ ਦੇਗਾ। ਮਿੱਠੀ ਗਲਨ ਕੁਮੰਤਰੀ ਆ ਫਰੀਦਾ ਇਹ ਵਿਸ਼ ਗੰਧਲਾਂ ਧਰੀਆਂ ਖੰਡ ਲਿਵਾੜ, ਲਿਵਾੜ ਦਾ ਅਰਥ ਆਪ ਸਮਝ ਗਿਆ, ਗਲਾਫੀਆਂ ਹੋਈਆਂ, ਜਿਵੇਂ ਆਪਾਂ ਜਲੇਬੀ ਨਹੀਂ ਕਰਦੇ, ਚਾਸਣੀ ਦੇ ਵਿੱਚ ਡੋਬ ਕੇ। ਕਹਿਣ ਲੱਗੇ ਆ ਜਿਹੜੀ ਵਾਸ਼ਨਾ ਤੈਨੂੰ ਮਿੱਠੀ ਲੱਗਦੀ ਪਈ ਹੈ ਨਾ, ਇਹਦੇ ਵਿੱਚ ਜ਼ਹਿਰ ਹੈ। ਇੱਥੇ ਬੜੇ ਆਏ ਅਤੇ ਚਲੇ ਗਏ। ਮਹਾਰਾਜ ਕਹਿੰਦੇ ਨੇ ਕੁਥਾਂ 'ਚ ਫਸ ਗਏ, ਖੁਬੜੀ ਕੁਥਾਏ ਮਿੱਠੀ ਗਲਨ ਕੁਮੰਤਰੀ ਆ, ਪਰ ਬਚ ਗਏ ਕੌਣ? ਨਾਨਕ ਸਹੀ ਉਭਰੇ, ਉਹ ਬਚ ਗਿਆ ਜੀ। ਸਹੀ ਦਾ ਅਰਥ ਉਹ ਜਿੰਨਾ ਭਾਗ ਮੱਥਾ ਹੈ, ਜਿਨ੍ਹਾਂ ਦੇ ਮੱਥੇ ਦੇ ਭਾਗ ਚੰਗੇ ਆ। ਇੱਕ ਮੈਂ ਸਿਰਫ ਹੋਰ ਬੇਨਤੀ ਕਰਕੇ, ਦੇਖੋ ਮਹਾਤਮਾ ਬੁੱਧ ਦੇ ਜੀਵਨ 'ਚ ਘਟਨਾ ਹੈ ਜੀ, ਸਿੱਖਣ ਵਾਸਤੇ ਹੈ ਨਾ ਬਹੁਤ ਕੁਛ। ਇੱਕ ਬੰਦੇ ਲਈ ਜ਼ਹਿਰ ਹੈ, ਕੋਈ ਦੂਜੇ ਬੰਦੇ ਲਈ ਮਿਠਾਸ ਹੈ। ਇਹ ਦੁਨੀਆ ਐਸੀ ਜੇ ਜੀ, ਹੁਣ ਮੈਂ ਉਦਾਹਰਣ ਦਿੱਤੀ, ਸਾਕਤ ਲਈ ਜ਼ਹਿਰ ਵਾਸ਼ਨਾ ਅੰਮ੍ਰਿਤ ਹੈ, ਅਤੇ ਜਿਹਨੂੰ ਅੰਮ੍ਰਿਤ ਛਕਣ ਦੀ ਗੱਲ ਕੋ ਕਹੇਗਾ ਜ਼ਹਿਰ ਹੈ। ਦੁਨੀਆ 'ਤੇ ਹੀ ਹੈ ਨਾ, ਜਿਸ ਵਿੱਚੋਂ ਜ਼ਹਿਰ ਉਹਨੂੰ ਅੰਮ੍ਰਿਤ ਦਿਸ ਰਿਹਾ ਹੈ। ਕਹਿੰਦੇ ਇੱਕ ਵੈਸ਼ਿਆ ਸੀ, ਰੱਬ ਨੇ ਉਹਨੂੰ ਸੌਂਪਣ ਦਿੱਤਾ, ਸਭ ਕੁਝ ਦਿੱਤਾ, ਲੋਕ ਉਹਦੇ ਕੋਲ ਜਾਂਦੇ ਸਨ। ਉਹਨੇ ਵੇਖਣਾ ਮਹਾਤਮਾ ਬੁੱਧ ਨੂੰ, ਅਤੇ ਉਹਨੇ ਆਮੰਤ੍ਰਿਤ ਵੀ ਕੀਤਾ, ਸੱਦਾ ਵੀ ਦਿੱਤਾ। ਮਹਾਤਮਾ ਬੁੱਧ ਨੇ ਕਿਹਾ ਜੇ ਵਕਤ ਨਹੀਂ ਆਇਆ, ਜਦੋਂ ਵਕਤ ਆਏਗਾ ਮੈਂ ਜ਼ਰੂਰ ਆਵਾਂਗਾ। ਅਤੇ ਨਾਲ ਦਿਆਂ ਨੇ ਸੋਚਣਾ ਵੀ ਇਹ ਕਿਹੜੀ ਗੱਲ ਕਰ ਰਹੇ ਆ, ਇਹਦਾ ਮਤਲਬ ਇਸ ਦੇ ਵਾੜੇ 'ਚ ਜਾਣਗੇ। ਜਦੋਂ ਕਿਤੇ ਵੀ ਉਹਨੇ ਆਮੰਤ੍ਰਿਤ ਕੀਤਾ, ਉਹਨਾਂ ਨੇ ਲੰਘ ਦਿਆ, ਕਿਹਾ ਨਹੀਂ ਅਜੇ ਸਮਾਂ ਨਹੀਂ ਆਇਆ, ਮੈਂ ਆਉਣਾ ਜ਼ਰੂਰ ਹੈ, ਇੱਕ ਦਿਨ ਜ਼ਰੂਰ ਆਵਾਂਗਾ, ਸਮਾਂ ਆਏਗਾ। ਯਾਦ ਰੱਖੋ ਉਹਦੇ ਤਨ ਨੂੰ ਰੋਗ ਲੱਗ ਗਿਆ, ਜਿਹੜੇ ਤਨ ਦੇ ਗਾਹਕ ਸਨ ਉਹਨਾਂ ਆਉਣਾ ਬੰਦ ਕਰ ਦਿੱਤਾ,
ਲੋਕਾਂ ਨੇ ਕਿਹਾ ਇਹਨੂੰ ਬਾਹਰ ਕੱਢੋ, ਇਹਦੀ ਬਿਮਾਰੀ ਦੂਜਿਆਂ ਨੂੰ ਲੱਗ ਜਾਏ। ਜਦੋਂ ਉਹਨੂੰ ਬਾਹਰ ਕੱਢ ਕੇ ਸੱਟਿਆ, ਫਿਰ ਮਹਾਤਮਾ ਬੁੱਧ ਗਏ, ਉਹਨੇ ਅੱਖਾਂ ਖੋਲੀਆਂ, ਕਹਿਣ ਲੱਗੇ ਤੁਸੀਂ ਆਏ। ਉਹਨੇ ਕਰੁਣਾ ਦੀ ਨਜ਼ਰ ਨਾਲ ਭਰ ਕੇ ਕਿਹਾ, ਕਹਿਣ ਲੱਗੇ ਹਾਂ ਮੈਂ ਉਦੋਂ ਨਹੀਂ ਸੀ ਆਉਣਾ, ਕਹਿੰਦੀ ਜਦੋਂ ਮੈਂ ਆਮੰਤ੍ਰਿਤ ਕੀਤਾ, ਕਹਿੰਦੇ ਹਾਂ ਮੈਂ ਉਦੋਂ ਨਹੀਂ ਸੀ ਆਉਣਾ, ਉਦੋਂ ਤੇਰੇ ਕੋਲ ਆਉਣ ਵਾਲੇ ਬਹੁਤ ਸਨ, ਅੱਜ ਤੇਰਾ ਰੂਪ, ਅੱਜ ਤੇਰਾ ਸ਼ਿੰਗਾਰ ਸਭ ਕੁਝ ਖਤਮ ਹੋ ਚੁੱਕਾ ਹੈ, ਮੈਂ ਉਦੋਂ ਆਉਣਾ ਸੀ ਜਦੋਂ ਤੇਰਾ ਕੋਈ ਵੀ ਸਹਾਰਾ ਨਹੀਂ ਸੀ ਰਹਿਣਾ। ਮੈਂ ਆਪ ਨੂੰ ਇੱਕ ਬੇਨਤੀ ਕਰਾਂਗਾ ਪਿਆਰਿਓ, ਸੱਚੀ ਮੁੱਚੀ ਅੰਦਰ ਖੋਬਾ ਪਿਆ ਹੈ, ਉਮਰ ਦੇ ਢਲ ਨਾਲ ਕਿਹੜਾ ਖੋਬਾ ਮੁੱਕ ਜਾਂਦਾ ਹੈ। ਗੁਰੂ ਸਾਹਿਬ ਨੇ ਇਹ ਬਚਨ ਕਿਹਾ, ਪੰਕਜ ਮੋਹ ਪੱਗ ਨਹੀਂ ਚੱਲ ਹਮ ਦੇਖਾ ਤੈਂ ਡੂਬੀ ਵਾਲੇ ਖੁੱਭ ਗਏ। ਗੁਰੂ ਅਰਜਨ ਸਾਹਿਬ ਦਾ ਇੱਕ ਬਚਨ ਹੈ, ਮਹਾਰਾਜ ਕਹਿੰਦੇ ਗਿੱਲੀ ਗਿੱਲੀ ਰੋਡੜੀ ਭੌਂਦੀ ਭਵ ਭਵ ਆਏ। ਇੱਕ ਜੀ ਆਪਣੇ ਖਾਲਸੇ ਬੋਲਿਆਂ ਵਿੱਚ ਇਹ ਗੁੜ ਨੂੰ ਰੋੜੀ ਵੀ ਕਹਿੰਦੇ ਆ, ਅਤੇ ਹੋਰ ਜੇ ਥੋੜ੍ਹਾ ਜਿਹਾ ਬੇਨਤੀ ਕਰਾਂ ਸਿਰ ਜੋੜ ਵੀ ਕਹਿੰਦੇ ਨੇ। ਨਿਹੰਗ ਸਿੰਘਾਂ ਨੂੰ ਪੁੱਛੋ ਸਿਰ ਜੋੜ ਕਹਿੰਦੇ ਆ, ਇਹ ਚੀੜਾ ਹੁੰਦਾ ਨਾ ਗੁੜ ਜਦੋਂ ਹੋ ਜਾਏ ਗਿੱਲਾ ਹੋ ਜਾਏ, ਅਤੇ ਅੱਜ ਕੱਲ੍ਹ ਤਾਂ ਨਹੀਂ ਇਸ ਤਰ੍ਹਾਂ ਮਿਲਦਾ, ਪਰ ਸਾਉਣ ਅਤੇ ਭਾਦੋਂ 'ਚ ਜਦੋਂ ਅਸੀਂ ਮਿੱਟੀ ਦੇ ਭਾਂਡਿਆਂ 'ਚ ਗੁੜ ਪਾਉਂਦੇ ਸਾਂ ਅਤੇ ਗੁੜ ਸੁੱਕਾ ਪਾਉਂਦੇ ਤਾਂ ਚੀੜਾ ਹੋ ਜਾਂਦਾ ਸੀ। ਮਹਾਰਾਜ ਕਹਿੰਦੇ ਨੇ ਇਹ ਬਾਣੀ ਦਾ ਬਚਨ ਕਹਿ ਕਿ ਚੀੜੀ ਹੋਈ ਗਿੱਲੀ ਜੀ ਗੁੜ ਦੀ ਭੇਲੀ ਹੈ, ਕਹਿ ਲਓ ਰੋੜੀ ਕਹਿ ਲਓ, ਉਹਦੇ 'ਤੇ ਮੱਖੀ ਆ ਗਈ, ਮੱਖੀ ਨੇ ਗੁੜ ਖਾਧਾ, ਅੰਦਰ ਤਮਾ ਆ ਗਿਆ, ਉਹਨੂੰ ਛੱਡ ਕੇ ਕਿਉਂ ਜਾਣਾ, ਇੱਥੇ ਬਹਿੰਦੀ ਹੈ। ਕਹਿਣ ਲੱਗੇ ਚੀੜਾ ਸੀ, ਉਸ ਦੀਆਂ ਨਿੱਕੀਆਂ ਨਿੱਕੀਆਂ ਲੱਤਾਂ ਅਤੇ ਖੰਭ ਉਸ ਚੀੜੇ ਗੁੜ ਦੇ ਵਿੱਚ ਸੱਚੀ ਮੁੱਚੀ ਫਸ ਗਏ, ਹੁਣ ਉਹ ਉੱਡਣਾ ਚਾਹੁੰਦੀ ਪਿਆਰਿਓ, ਜਿਹੜੇ ਮਿੱਠੇ ਦੇ ਵਿੱਚ ਉਹ ਰਸ ਲੈਣਾ ਚਾਹੁੰਦੀ ਸੀ, ਉਹ ਮਿੱਠਾ ਹੀ ਮੱਖੀ ਦੀ ਮੌਤ ਹੋ ਗਿਆ। ਮਹਾਰਾਜ ਕਹਿੰਦੇ ਖੁਬੜੀ ਕੁਥਾਏ ਮਿੱਠੀ ਗਲਨ ਕੁਮੰਤਰੀਆਂ, ਭੈੜੀ ਮਤ ਦੇਣ ਵਾਲੀ ਅਕਲ ਸੱਚੀ ਮੁੱਚੀ ਕੁਥਾਂ ਵਿੱਚ ਵਾਸ਼ਨਾ ਵਿੱਚ ਖੁੱਭ ਗਈ ਹੈ, ਪਰ ਜਿਨ੍ਹਾਂ ਦੇ ਭਾਗ ਚੰਗੇ। ਇਹਨੂੰ ਗੁਰੂ ਜੀ ਨੇ ਕਿਹਾ ਗਿੱਲੀ ਗਿੱਲੀ ਰੋਡੜੀ ਭੌਂਦੀ ਭਵ ਭਵ ਆਏ, ਜੋ ਬੈਠੇ ਸੇ ਫਾਥਿਆ ਉਭਰੇ ਭਾਗ ਮਥਾਏ। ਜਿਨ੍ਹਾਂ ਦੇ ਮੱਥੇ ਦੇ ਭਾਗ ਚੰਗੇ ਉਹ ਬਚ ਗਏ। ਸਾਧ ਸੰਗਤ ਜੀ, ਜ਼ਿਆਦਾ ਜ਼ੋਰ ਮੈਂ ਇਸ ਗੱਲ 'ਤੇ ਦਿੱਤਾ, ਇੱਥੇ ਦੌੜੀ ਲੱਗੀ ਹੋਈ ਹੈ, ਇੱਕ ਨਿੱਕੀ ਜਿਹੀ ਫੈਮਿਲੀ ਤੋਂ ਲੈ ਕੇ ਪੂਰੇ ਸੰਸਾਰ ਤੱਕ। ਜਿੱਦਣ ਕਿਸੇ ਹੋਰ ਪਲੈਨਟ ਤੋਂ ਕਿਤੇ ਜੀਵ ਆ ਗਿਆ, ਫਿਰ ਇਹ ਦੌੜ ਹੋਰ ਵੱਡੀ ਹੋ ਜਾਣੀ। ਇਹ ਦੌੜ ਲੱਗੀ ਮੈਂ ਜਿੱਤ ਜਾਂ, ਮੈਂ ਜਿੱਤ ਜਾਂ। ਮਹਾਰਾਜ ਕਹਿੰਦੇ ਦੁਨੀਆ ਜਿੱਤਣ ਵਾਲਿਆ, ਇੱਥੇ ਸਿਕੰਦਰ ਵਰਗਿਆਂ ਨੇ ਵੀ ਕਹਿ ਦਿੱਤਾ ਸੀ, ਲੋਕੋ ਮੇਰੀ ਅਰਥੀ ਤੋਂ ਮੇਰੇ ਹੱਥ ਬਾਹਰ ਕੱਢ ਦਿਆ, ਜੇ ਮੈਂ ਬਹੁਤ ਕੁਝ ਇਕੱਠਾ ਕੀਤਾ ਪਰ ਦੁਨੀਆ ਤੋਂ ਹਾਰ ਕੇ ਜਾ ਰਿਹਾ ਹਾਂ।